दोस्तों आज मैं एक और वीडियो रिपोर्ट लेके चैनल रितेश लखी अनप्लगते आज इस वीडियो रिपोर्ट में मैं बात करूंगा अपराध जगत ਨਾਲ ਜੁੜੇ ਇੱਕ ਬਹੁਤ ਹੀ ਪੁਰਾਣੇ ਕੇਸ ਦੀ ਇਹ ਮਾਮਲਾ ਹੈ ਦੇਸ਼ ਦੇ ਤੇ ਪੰਜਾਬ ਦੇ ਇੱਕ ਬਹੁਤ ਹੀ ਖਤਰਨਾਕ ਸੀਰੀਅਲ ਕਿਲਰ ਜਿਸ ਨੂੰ ਦੁਨੀਆ ਦਰਬਾਰਾ ਸਿੰਘ ਦੇ ਨਾਮ ਨਾਲ ਜਾਣਦੀ ਸੀ ਬਹੁਤ ਸੇ ਲੋਕ ਦਰਬਾਰਾ ਸਿੰਘ ਬਾਰੇ ਜਾਣਦੇ ਨੇ ਦੇਸ਼ ਦੇ तमाम ਅਖਬਾਰਾਂ ਤੇ ਵੱਡੇ ਚੈਨਲਾਂ ਉਤੇ ਦਰਬਾਰਾ ਸਿੰਘ ਵੱਲੋਂ तकरीबन 2 ਦਰਜਨ ਬਹੁਤ ਹੀ ਛੋਟੇ ਛੋਟੇ ਤੇ ਮਾਸੂਮ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਦੀ ਸਾਲ 2004 ਵਿੱਚ ਕੀਤੀਆਂ ਗਈਆਂ ਇੱਕ ਤੋਂ ਬਾਅਦ ਇੱਕ ਹਤਿਆਵਾਂ ਸੁਰਖੀਆਂ ਦਾ ਸਬਬ ਰਹੀਆਂ ਤੇ ਬੀਤੇ ਤਕਰੀਬਨ 20 ਸਾਲਾਂ ਦੇ ਵਿੱਚ ਬਹੁਤ ਅਜੇਹੀਆਂ ਰਿਪੋਰਟਸ ਨਸ਼ਰ ਹੋ ਚੁੱਕੀਆਂ ਨੇ ਲੇਕਿਨ ਅੱਜ ਮੈਂ ਦਰਬਾਰਾ ਸਿੰਘ ਦੀ ਉਸ ਜ਼ਿੰਦਗੀ ਉਸ ਦੀ ਅਪਰਾਧ ਨਾਲ ਜੁੜੀ ਉਸ ਜ਼ਿੰਦਗੀ ਦੇ ਇਸ ਮਹੱਤਵਪੂਰਨ ਸਾਲ 2004 ਜਿਸ ਦੌਰਾਨ ਦਰਬਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਸਜ਼ਾਵਾਂ ਹੋਈਆਂ ਉਸ ਦੇ ਇੱਕ ਅਜੇ ਹੀ ਅਣਸੁਣੇ ਪਹਿਲੂ ਨਾਲ ਤੁਹਾਨੂੰ ਜਾਣੂ ਕਰਾਵਾਂਗਾ ਜੋ ਕਿ ਸ਼ਾਇਦ ਅਜੇ ਤੱਕ ਤੁਸੀਂ ਨਹੀਂ ਸੁਣਿਆ ਹੈ ਦਰਬਾਰਾ ਸਿੰਘ ਕੈਪਚਰ ਕਿਵੇਂ ਕੀਤਾ ਗਿਆ ਅੱਜ ਦੀ ਰਿਪੋਰਟ ਇਸ ਉੱਤੇ ਅਧਾਰਿਤ ਰਹਿਣ ਵਾਲੀ ਹੈ ਲੇਕਿਨ ਇਸ ਤੋਂ ਪਹਿਲਾਂ ਮੋਟਾ-ਮੋਟਾ ਤੁਹਾਨੂੰ ਦੱਸ ਦਿੰਨਾ ਹੈ ਵੀ ਦਰਬਾਰਾ ਸਿੰਘ ਇੱਕ ਸੀਰੀਅਲ ਕਿਲਰ ਸੀ ਜਿਸ ਨੇ ਕਿ ਤਕਰੀਬਨ 25 ਬੱਚਿਆਂ ਨੂੰ ਕਤਲ ਕਰਨ ਦਾ ਜਿਹੜਾ ਇਨਕਸ਼ਾਫ ਸੀ ਉਹ ਪੁਲਿਸ ਸਾਹਮਣੇ ਜਲੰਧਰ ਪੁਲਿਸ ਸਾਹਮਣੇ ਸਾਲ 2004 ਅਕਤੂਬਰ ਦੇ ਆਸ-ਪਾਸ ਜਦੋਂ ਫੜਿਆ ਜਾਂਦਾ ਹੈ ਉਸ ਵਕਿੱਤਾ ਸੀ ਇਹਨਾਂ ਵਿੱਚੋਂ 17 ਬੱਚਿਆਂ ਦੀ ਸਕੈਲਟਲ ਰਿਮੇਨਸ ਯਾਨੀ ਕਿ ਉਹਨਾਂ ਦੇ ਸਰੀਰ ਦੇ ਜਿਹੜੇ ਅੰਗ ਔਨ ਦੀ ਹੱਡੀਆਂ ਵਗੈਰਾ ਅਲੱਗ-ਅਲੱਗ ਇਲਾਕਿਆਂ ਦੇ ਵਿੱਚੋਂ ਜ਼ਿਆਦਾਤਰ ਰਈਆ ਦੇ ਨਾਲ ਲੱਗਦੀ ਨਹਿਰ ਰਈਆ ਖਡੂਰ ਸਾਹਿਬ ਦੇ ਇਲਾਕਿਆਂ ਦੇ ਵਿੱਚ ਨੇਰਾ ਦੇ ਆਸ-ਪਾਸ ਸਰਕੰਡੇ ਜਾਂ ਫਿਰ ਸੁੰਨਮਸਾਨ ਇਲਾਕਿਆਂ ਦੇ ਵਿੱਚੋਂ ਪੁਲਿਸ ਨੇ ਰਿਕਵਰ ਕਰ ਲੀਆਂ ਸੀ ਲੇਕਿਨ 8 ਦੇ ਕਰੀਬ ਐਸੀਆਂ ਬਾਡੀਜ਼ ਸਨ ਜਿਨ੍ਹਾਂ ਨੂੰ ਕੀ ਪੁਲਿਸ ਰਿਕਵਰ ਨਹੀਂ ਕਰ ਪਾਈ ਤੇ ਖੁਦ ਜਿਹੜਾ ਦਰਬਾਰਾ ਸਿੰਘ ਸੀ ਉਹ ਵੀ ਨਹੀਂ ਇਸ ਬਾਰੇ ਦੱਸ ਸਕਿਆ ਕਿ ਇਹ ਬੱਚੇ ਆਖਰ ਕੌਣ ਸਨ ਕਿਉਂਕਿ ਉਹਨਾਂ ਨੂੰ ਉਸ ਦੀ ਪਛਾਣ ਠੀਕ ਤਰੀਕੇ ਨਾਲ ਨਹੀਂ ਸੀ ਸੋ ਇੱਕ ਬਹੁਤ ਵੱਡੀ ਅਪਰਾਧਿਕ ਘਟਨਾ ਸੀ ਦਰਬਾਰਾ ਸਿੰਘ ਦੀ ਮੌਤ ਸਾਲ 2018 ਦੇ ਵਿੱਚ ਪਟੇਲਾ ਦੀ ਜੇਲ੍ਹ ਵੀ ਜਦੋਂ ਉਹ ਕੈਦ ਹੁੰਦਾ ਹੈ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੁੰਦੀ ਹੈ ਉਸ ਵਕਤ ਹੁੰਦੀ ਹੈ ਤਬੀਅਤ ਵਿਗੜਨ ਤੋਂ ਬਾਅਦ ਉਹ ਇੱਕ ਅਜਿਹੀ ਮੌਤ ਮਾਰਦਾ ਜੋ ਕਿ ਇੱਕ ਨਾਰਮਲ ਕਿਸੇ ਵੀ ਮਰੀਜ਼ ਦੀ ਹੁੰਦੀ ਹੈ ਉਸ ਨੂੰ ਫਾਂਸੀ ਦੀ سزا ਨਹੀਂ ਹੋ ਪਾਈ ਕਿਉਂਕਿ ਇਨਵੈਸਟੀਗੇਸ਼ਨ ਦੇ ਵਿੱਚ ਕਈ ਲਕੂਨਾ ਸਨ ਲੇਕਿਨ ਦਰਬਾਰਾ ਸਿੰਘ ਦੀ ਜਿਹੜੀ ਪੂਰੀ ਦੀ ਪੂਰੀ ਕਹਾਣੀ ਹੈ ਖਾਸ ਕਰਕੇ ਉਸ ਨੂੰ ਕਿਸ ਤਰੀਕੇ ਨਾਲ ਕਿਹੜੀ ਅੰਡਰ ਕਵਰ ਟੀਮ ਨੇ ਕੈਪਚਰ ਕੀਤਾ ਇਹ ਆਪਣਾ ਵਿੱਚ ਬਹੁਤ ਦਿਲਚਸਪ ਕਹਾਣੀ ਹੈ ਕਿਉਂਕਿ ਇਸ ਬਾਰੇ ਬਹੁਤ ਸੇ ਲੋਕ ਨਹੀਂ ਜਾਣਦੇ ਤੇ ਜ਼ਿਆਦਾਤਰ ਜਿਹੜੀਆਂ ਤੁਸੀਂ ਰਿਪੋਰਟ ਦਰਬਾਰਾ ਸਿੰਘ ਦੇ ਸੰਦਰਭ ਵਿੱਚ ਸੁਣੀਆਂ ਹੋਣਗੀਆਂ ਉਹ ਉਹ ਪੁਲਿਸ ਦੀ ਕਹਾਣੀ ਹੈ ਜੋ ਕਿ ਅਕਸਰ ਅਸੀਂ ਤੁਸੀਂ ਅਦਾਲਤ ਦੀ ਉਹਨਾਂ ਫਾਈਲਸ ਦੇ ਵਿੱਚ ਪੜੀ ਹੈ ਦਰਬਾਰਾ ਸਿੰਘ ਦੇ ਅਪਰਾਧਿਕ ਸਫ਼ਰ ਦੀ ਸ਼ੁਰੂਆਤ ਕਈ ਦਹਾਕੇ ਪਹਿਲਾਂ ਤੋਂ ਹੀ ਸ਼ੁਰੂ ਹੋ ਜਾਂਦੀ ਹੈ ਸਾਲ 1975 ਜਿਸ ਵਕ ਦਰਬਾਰਾ ਸਿੰਘ ਕਪੂਰਥਲੇ ਦੇ ਵਿੱਚ ਮਿਲਟਰੀ ਇੰਜੀਨੀਅਰਿੰਗ ਸਰਵਿਸਿਜ਼ ਦੇ ਵਿੱਚ ਕੰਮ ਕਰ ਰਿਹਾ ਹੁੰਦਾ ਉਸ ਤਹਿਤ ਇੱਕ ਕਾਰਮੀ ਯੂਨਿਟ ਦੇ ਵਿੱਚ ਉਸ ਦੀ ਤਾਇਨਾਤੀ ਹੁੰਦੀ ਹੈ ਆਪਣੇ ਹੀ ਅਫਸਰ ਦੇ ਨਾਲ ਉਸ ਦੀ ਐਸੀ ਖੜਕਦੀ ਹੈ ਕਿ ਉਹ ਇੱਕ ਹੈਂਡ ਗ੍ਰੇਨੇਡ ਜਿਹੜਾ ਹੈ ਆਪਣੇ ਅਫਸਰ ਦੇ ਕਰੇ ਲੋਪ ਕਰਦਾ ਜਿਸ ਵਿੱਚ ਕਿ ਉਸ ਦੀ ਪਤਨੀ ਤੇ ਉਸ ਦੇ ਇੱਕ بیٹے ਨੂੰ ਚੋਟਾ ਲੱਗਦੀਆਂ ਨੇ ਜਿਸ ਤੋਂ ਬਾਅਦ ਕਿ ਉਸ ਨੂੰ ਆਰਮੀ ਤੋਂ ਨਿਲੰਬਤਾਕਾਰੀ ਦਿੱਤਾ ਜਾਂਦਾ ਕੱਢਤਾ ਜਾਂਦਾ ਰਾਦਰ ਲੇਕਿਨ ਉਸ ਉੱਤੇ ਇੱਕ ਮੁਕੱਦਮਾ ਵੀ ਚਲਾਇਆ ਜਾਂਦਾ ਹੈ ਜਿਸ ਵਿੱਚ ਕਿ ਫਾਈਨਲੀ ਉਸ ਨੂੰ ਸਜ਼ਾ ਨਹੀਂ ਹੁੰਦੀ ਉਹ ਇਸ ਮੁਕੱਦਮੇ ਦੇ ਵਿੱਚ ਕਿਸੇ ਤਰੀਕੇ ਨਾਲ ਬਚਣ ਦੇ ਵਿੱਚ ਕਾਮਯਾਬ ਹੋ ਜਾਂਦਾ ਹੈ ਲੇਕਿਨ ਇਸ ਤੋਂ ਬਾਅਦ ਜਿਹੜਾ ਹੈ ਦਰਬਾਰਾ ਸਿੰਘ ਕਈ ਸਾਲ ਆਪਣੇ ਪਿੰਡ ਵਿੱਚ ਰਹਿੰਦਾ ਹੈ ਉਸ ਦਾ ਪਿੰਡ ਬਿਆਸ ਇਲਾਕੇ ਦੇ ਆਸ-ਪਾਸ ਪਿੰਡ ਜੱਲੋਪੁਰ ਦੱਸਿਆ ਜਾਂਦਾ ਜਿੱਥੇ ਕਿ ਕਈ ਸਾਲ ਉਹ ਰਹਿੰਦਾ ਹੈ ਤੇ ਉਸ ਵਕਤ ਵੀ ਆਪਣੇ ਪਿੰਡ ਦੇ ਵਿੱਚ ਉਸ ਵੱਲੋਂ ਪਿੰਡ ਦੀ ਇੱਕ ਬੱਚੀ ਦੇ ਨਾਲ ਕੋ ਕਰਮ ਕੀਤਾ ਜਾਂਦਾ ਹੈ ਜਾਂ ਕੋ ਕਰਮ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਕਿ ਉਸ ਨੂੰ ਮੂੰਹ ਕਾਲਾ ਕੱਢ ਕੇ ਪਿੰਡ ਦੇ ਲੋਕ ਆਪਣੇ ਪਿੰਡ ਵਿੱਚੋਂ ਕੱਢ ਦਿੰਦੇ ਨੇ ਇਹ ਬਹੁਤ ਪੁਰਾਣੀ ਘਟਨਾ ਹੁੰਦੀ ਹੈ ਲੇਕਿਨ ਸਾਲ 1900 93 ਹੁੰਦੇ ਹੁੰਦੇ ਇੱਕ ਅਜੀਹਾ ਘਟਨਾ ਚੱਕਰ ਹੋਰ ਤੁਰਪਿਆ ਹੁੰਦਾ ਕਿਉਂਕਿ ਜਦੋਂ ਪਿੰਡ ਤੋਂ ਉਹਨੂੰ ਕੱਢਤਾ ਗਿਆ ਹੁੰਦਾ ਦਰਬਾਰਾ ਸਿੰਘ ਆਪਣੇ ਪਰਿਵਾਰ ਨਾਲ ਆ ਕੇ ਕਪੂਰਥਲੇ ਰਹਿਣਾ ਸ਼ੁਰੂ ਕਰ ਚੁੱਕਾ ਹੁੰਦਾ ਹੈ ਕਪੂਰਥਲੇ ਵਿੱਚ ਇੱਕ ਤੋਂ ਬਾਅਦ ਇੱਕ ਤਿੰਨ ਅਜੀਹਿਆ ਵਾਰਦਾਤਾ ਹੁੰਦੀਆਂ ਨੇ ਜਿਸ ਵਿੱਚ ਛੋਟੀ ਬੱਚਿਆਂ ਦੇ ਨਾਲ ਕੋ ਕਰਮ ਜਿਹੜਾ ਹੈ ਦੁਸ਼ਕਰਮ ਇਸ ਦਰਬਾਰਾ ਸਿੰਘ ਵੱਲੋਂ ਕੀਤਾ ਜਾਂਦਾ ਹੈ ਬੱਚਿਆਂ ਦੇ ਨਾਲ ਬਲਤਕਾਰ ਕੀਤੇ ਜਾਂਦੇ ਨੇ ਜਿਸ ਤੋਂ ਬਾਅਦ ਕੀ ਪਛਾਣ ਨਹੀਂ ਹੋ ਪਾਰੀ ਹੁੰਦੀ ਇਸ ਵਕਤ ਤੱਕ ਦਰਬਾਰਾ ਸਿੰਘ ਨੇ ਬੱਚਿਆਂ ਦੇ ਨਾਲ ਕੁਕਰਮ ਕਰਨ ਤੋਂ ਬਾਅਦ ਉਹਨਾਂ ਨੂੰ ਮਾਰਨ ਦਾ ਜਾਂ ਉਹਨਾਂ ਦੇ ਮਰਡਰ ਕਰਨ ਦਾ ਸਿਲਸਿਲਾ ਸ਼ੁਰੂ ਨਹੀਂ ਕੀਤਾ ਹੁੰਦਾ ਇੱਕ ਅਜਿਹੀ ਬੱਚੀ ਹੁੰਦੀ ਹੈ ਜਿਸ ਦੇ ਨਾਲ ਕੀ ਦਰਬਾਰਾ ਸਿੰਘ ਨੇ ਕੁਕਰਮ ਕੀਤਾ ਹੁੰਦਾ ਹੈ ਇਹ ਮੈਂ ਸਾਲ 1992-93 ਦੇ ਆਸ-ਪਾਸ ਦੀ ਗੱਲ ਤੁਹਾਨੂੰ ਦੱਸ ਰਿਹਾ ਹਾਂ ਉਸ ਬੱਚੀ ਵੱਲੋਂ ਪਛਾਣ ਕਰ ਲਈ ਜਾਂਦੀ ਹੈ ਉਸ ਘਰ ਦੀ ਜਿਸ ਵਿੱਚ ਕੀ ਦਰਬਾਰਾ ਸਿੰਘ ਉਸ ਬੱਚੀ ਨੂੰ ਲਗਾਇਆ ਹੁੰਦਾ ਹੈ ਵਹਿਲਾ ਫਸਲਾ ਕੇ ਲਗਾਇਆ ਹੁੰਦਾ ਹੈ ਇਹ ਵੀ ਬੱਚੀ ਇੱਕ ਪ੍ਰਵਾਸੀ ਮਜ਼ਦੂਰ ਦੀ ਹੀ ਬੱਚੀ ਹੁੰਦੀ ਹੈ ਬੱਚੀ ਵੱਲੋਂ ਜਦੋਂ ਇਸ ਚੀਜ਼ ਦੀ شناخت ਕੀਤੀ ਜਾਂਦੀ ਹੈ ਵੀ ਇੱਕ ਪਾਰਟਿਕੂਲਰ ਕਾਰਜ ਜਿਸ ਵਿੱਚ ਕਿ ਇੱਕ ਤੋਤਾ ਸੀ ਉਸ ਦੇ ਵਿੱਚ ਉਸ ਨੂੰ ਲਗਾਇਆ ਗਿਆ ਤੇ ਉਸ ਦੇ ਨਾਲ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਦੀ ਤਫਤੀਸ਼ ਕਪੂਰਥਲਾ ਦੀ ਜਿਹੜੀ ਪੁਲਿਸ ਹੁੰਦੀ ਹੈ ਉਸ ਵਕਤ ਦੱਸਿਆ ਜਾਂਦਾ ਵੀ ਉੱਥੇ ਸ਼ਾਇਦ ਡੀਐਸਪੀ ਐਸਪੀ ਰਾਕੇਸ਼ ਕੌਸ਼ਲ ਨਾਂ ਦੇ ਪੁਲਿਸ ਅਫਸਰ ਹੁੰਦੇ ਨੇ ਉਹਨਾਂ ਵੱਲੋਂ ਇਸ ਪੂਰੀ ਦੀ ਪੂਰੀ ਨਿਸ਼ਾਨਦੇਹੀ ਉੱਤੇ ਉਸ ਘਰ ਨੂੰ ਲੱਭਿਆ ਜਾਂਦਾ ਤੇ ਫਿਰ ਬਾਅਦ ਦੇ ਵਿੱਚ ਦਰਬਾਰਾ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹ ਅਲੱਗ-ਅਲੱਗ ਬੱਚੀਆਂ ਦੇ ਨਾਲ ਜਿਹੜੇ ਕੁਕਰਮ ਉਸਨੇ ਕੀਤੇ ਹੁੰਦੇ ਨੇ ਜਿਹੜੀਆਂ ਸਜ਼ਾਵਾਂ ਦਰਬਾਰਾ ਸਿੰਘ ਨੂੰ 1993 ਵਿੱਚ ਇਨਫੈਕਟ 1996 ਤੱਕ ਆ ਚੁੱਕਾ ਹੁੰਦਾ ਕਿਉਂਕਿ ਕੇਸ ਅੱਗੇ ਤੁਰਦੇ-ਤੁਰਦੇ 1996 ਦੇ ਆਸ-ਪਾਸ ਉਸ ਨੂੰ ਤਕਰੀਬਨ 30 ਸਾਲ ਦੀ ਸਜ਼ਾ ਜਿਹੜੀ ਹੈ ਉਹ ਸੁਣਾਈ ਜਾਂਦੀ ਹੈ ਲੇਕਿਨ ਇਹ 30 ਸਾਲ ਦੀ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜੇਲ੍ਹ ਦੇ ਵਿੱਚ ਦਰਬਾਰਾ ਸਿੰਘ ਦਾ ਜਿਹੜਾ ਵਿਵਹਾਰ ਹੁੰਦਾ ਹੈ ਉਸ ਦਾ ਕੰਡਕਟ ਹੁੰਦਾ ਹੈ ਉਸ ਨੂੰ ਕਾਫੀ ਤਸੱਲੀ ਬਖਸ਼ ਪਾਉਂਦਿਆਂ ਹੋਇਆ ਉਸ ਦੀ ਸਜ਼ਾ ਘੱਟ ਕਰਤੀ ਜਾਂਦੀ ਹੈ ਤੇ ਸਾਲ 2003 ਦੇ ਆਸ-ਪਾਸ 2003 ਦੇ ਅੰਤ ਦੇ ਵਿੱਚ ਉਸ ਨੂੰ ਜੇਲ੍ਹ ਦੇ ਵਿੱਚੋਂ ਛੱਡਤਾ ਜਾਂਦਾ ਹੈ ਲੇਕਿਨ ਇਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਹੋਣੀਆਂ ਹੁੰਦੀਆਂ ਨੇ ਉਹਨਾਂ ਨੇ ਹੋਰ ਵੀ ਗੰਭੀਰ ਹੋਣਾ ਹੁੰਦਾ ਹੈ ਦਰਬਾਰਾ ਸਿੰਘ ਵੱਲੋਂ ਇਸ ਤੋਂ ਬਾਅਦ ਵੀ ਆਪਣੀ ਅਪਰਾਧਿਕ ਮਾਨਸਿਕਤਾ ਨੂੰ ਛੱਡਿਆ ਨਹੀਂ ਜਾਏਗਾ ਤਕਰੀਬਨ 7 ਸਾਲ 7 ਸਾਢੇ ਸਾਲ 7 ਸਾਲ ਦਾ ਵਕਫਾ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਵੀ ਦਰਬਾਰਾ ਸਿੰਘ ਦੇ ਮਨ ਦੇ ਵਿੱਚ ਇੱਕ ਗੁੱਸਾ ਤੇ ਰੰਜਿਸ਼ ਹੁੰਦੀ ਹੈ ਉਹਨਾਂ ਪ੍ਰਵਾਸੀ ਮਜ਼ਦੂਰਾਂ ਤੇ ਉਹਨਾਂ ਦੇ ਬੱਚਿਆਂ ਦੇ ਪ੍ਰਤੀ ਦਰਬਾਰਾ ਸਿੰਘ ਇਹ ਮੰਨਦਾ ਹੁੰਦਾ ਹੈ ਵੀ ਉਸ ਨੂੰ ਫਸਵਾਉਣ ਵਾਲੀ ਜਿਹੜੀ ਬੱਚੀ ਸੀ ਲੜਕੀ ਸੀ ਨਾਬਾਲਗ ਲੜਕੀ ਛੋਟੀ ਬੱਚੀ ਜਿਸ ਦੇ ਨਾਲ ਉਸਨੇ ਕੁਕਰਮ ਕੀਤਾ ਸੀ ਉਹ ਪ੍ਰਵਾਸੀ ਮਜ਼ਦੂਰਾਂ ਦੀ ਸੀ ਇਸ ਵਾਸਤੇ ਹੁਣ ਤੋਂ ਉਸਨੇ ਇਸ ਗੱਲਬਾਤ ਨੂੰ ਆਪਣੇ ਮਨ ਵਿੱਚ ਰੱਖ ਲਿਆ ਹੁੰਦਾ ਹੈ ਕਿ ਕੋਈ ਵੀ ਕੰਮ ਕਰਨ ਜਾਂ ਕਾਂਡ ਕਰਨ ਤੋਂ ਬਾਅਦ ਉਹ ਕਿਸੇ ਵੀ ਬੱਚੇ ਨੂੰ ਜਿਉਂਦਾ ਨਹੀਂ ਛੱਡੇਗਾ ਸਾਲ 2000 ਚੜਦਾ ਹੈ ਤੇ ਸਾਲ 2000 ਦੇ ਪਹਿਲੇ ਕੁਝ ਮਹੀਨਿਆਂ ਦੇ ਦੌਰਾਨ ਲਗਭਗ 7-8 ਮਹੀਨਿਆਂ ਦੇ ਦੌਰਾਨ ਇੰਨੀਆਂ ਵਾਰਦਾਤਾਂ ਜਲੰਧਰ ਤੇ ਜਲੰਧਰ ਦੇ ਆਸ-ਪਾਸ ਆਊਟਰ ਏਰੀਆਜ਼ ਦੇ ਵਿੱਚ ਹੁੰਦੀਆਂ ਨੇ ਜਿਸ ਤੋਂ ਬਾਅਦ ਕਿ ਪੁਲਿਸ ਦੀ ਜਿਹੜੀ ਨੀਂਦ ਹੈ ਹਰਾਮ ਹੋ ਚੁੱਕੀ ਹੁੰਦੀ ਹੈ ਇੱਕ ਤੋਂ ਬਾਅਦ ਇੱਕ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਅਗਵਾ ਕਰਨਾ ਉਹਨਾਂ ਨੂੰ ਚੁੱਕ ਕੇ ਲਿਜਾਣਾ ਉਹਨਾਂ ਦੇ ਨਾਲ ਗਲਤ ਕੰਮ ਕਰਕੇ ਕੁਕਰਮ ਕਰਨਾ ਤੇ ਫਿਰ ਉਹਨਾਂ ਨੂੰ ਮਾਰ ਕੇ ਗਲਾ ਵੱਢ ਕੇ ਗਲਾ ਰੇਂਦ ਕੇ ਉਹਨਾਂ ਦੀ ਹੱਤਿਆ ਕਰ ਦੇਣਾ ਇਹ ਇੱਕ ਸਟੈਂਡਰਡ ਮੋਡਸ ਆਪਰੇਂਡਾਈ ਬਣ ਚੁੱਕਾ ਹੁੰਦਾ ਤੇ ਬਹੁਤ ਸੀਆਂ ਲਾਸ਼ਾਂ ਪੁਲਿਸ ਨੂੰ ਅਜਿਹੇ ਹਾਲਾਤਾਂ ਦੇ ਵਿੱਚ ਮਿਲ ਰਹੀਆਂ ਹੁੰਦੀਆਂ ਨੇ ਇੱਕ ਤੋਂ ਬਾਅਦ ਇੱਕ ਸੀਰੀਅਲ ਕਿਲਰ ਜਿਹੜਾ ਹੈ ਉਹ ਸਟ੍ਰਾਈਕ ਕਰ ਰਿਹਾ ਹੁੰਦਾ ਹੈ ਲੇਕਿਨ ਕਿਸੇ ਨੂੰ ਇਹ ਪਤਾ ਨਹੀਂ ਹੁੰਦਾ ਵੀ ਇਹ ਸੀਰੀਅਲ ਕਿਲਰ ਉਹੀ ਦਰਬਾਰਾ ਸਿੰਘ ਹੈ ਜੋ ਕਿ ਕਪੂਰਥਲੇ ਦੇ ਵਿੱਚ ਕਿਸੇ ਵਕਤ ਤਿੰਨ ਬੱਚਿਆਂ ਦੇ ਨਾਲ ਕੋ ਕਰਮ ਕਰਨ ਦੇ ਕੇਸ ਦੇ ਵਿੱਚ ਅੰਦਰ ਗਿਆ ਸੀ ਤੇ ਜੇਲ੍ਹ ਵਿੱਚੋਂ ਆਉਂਦਿਆਂ ਸਾਰ ਹੀ ਉਸ ਨੇ ਦੁਬਾਰਾ ਤੋਂ ਆਪਣੀਆਂ ਗਤੀਵਿਧੀਆਂ ਸ਼ੁਰੂ ਕਰਤੀਆਂ ਨੇ ਅਜਿਹੇ ਮੌਕਾ ਹੁੰਦਾ ਜਦੋਂ ਕਿ ਤਣਾ ਐਡਾ ਵੱਧ ਚੁੱਕਾ ਹੁੰਦਾ ਹੈ ਪੁਲਿਸ ਜਿਹੜੇ ਹਲਕਿਆਂ ਦੇ ਵਿੱਚ ਐਡੀ ਖਲਬਲੀ ਪਈ ਹੁੰਦੀ ਹੈ ਤੇ ਜਲੰਧਰ ਦੇ ਐਸਐਸਪੀ ਦਾ ਤਬਾਦਲਾ ਲਗਭਗ ਤੈ ਮੰਨਿਆ ਜਾ ਰਿਹਾ ਹੁੰਦਾ ਹੈ ਦਰਬਾਰਾ ਸਿੰਘ ਅਟਾ ਸ਼ਾਤਰ ਹੁੰਦਾ ਤੇ ਇਨੀ ਸਫਾਈ ਦੇ ਨਾਲ ਆਪਣਾ ਕੰਮ ਕਰ ਰਿਹਾ ਹੁੰਦਾ ਕਿ ਉਹ ਕੋਈ ਵੀ ਗਵਾਹ ਜਾਂ ਕੋਈ ਵੀ ਸੁਰਾਗ ਪਿੱਛੇ ਨਹੀਂ ਛੱਡ ਰਿਹਾ ਹੁੰਦਾ ਪੁਲਿਸ ਟੋਟਲੀ ਕਨੂਲਸ ਹੁੰਦੀ ਹੈ ਪੁਲਿਸ ਨੂੰ ਸਮਝ ਵਿੱਚ ਆ ਨਹੀਂ ਰਿਹਾ ਹੁੰਦਾ ਹੇਟਲੇ ਜ਼ਿਲ੍ਹਾ ਪੰਦਰ ਦੇ ਪੁਲਿਸ ਅਫਸਰਾਂ ਤੋਂ ਲੈ ਕੇ ਹੈੱਡ ਕੁਆਰਟਰ ਪੰਦਰ ਦੇ ਡੀਜੀਪੀ ਪੰਦਰ ਦੇ ਅਫਸਰਾਂ ਤੱਕ ਦੀ ਨੀਂਦ ਜਿਹੜੀ ਆ ਉਹ ਹਰਾਮ ਹੋ ਰਹੀ ਹੁੰਦੀ ਹੈ ਇਹੀ ਮੌਕਾ ਹੁੰਦਾ ਜਦੋਂ ਕਿ ਇੱਕ ਇਤਿਹਾਸ ਦਾ ਇੱਕ ਪੁਰਾਣਾ ਕੈਰੇਕਟਰ ਜਿਸ ਨੂੰ ਕਿ ਮੈਂ ਪਹਿਲਾਂ ਵੀ ਦੋ ਰਿਪੋਰਟਾਂ ਦੇ ਵਿੱਚ ਜ਼ਿਕਰ ਕੀਤਾ ਹੈ ਸੁਖਵਿੰਦਰ ਸਿੰਘ ਕਾਕਾ ਯਾਨੀ ਕਿ ਜਨਰਲ ਦਇਾਲ ਸਿੰਘ ਉਸ ਨੂੰ ਮੈਂ ਦੁਬਾਰਾ ਇੱਥੇ ਪਿਕਚਰ ਵਿੱਚ ਲੈ ਕੇ ਆਨਾ ਹੁਣ ਇਹ ਉਹ ਐਸਪੈਕਟ ਹੈ ਜੋ ਕਿ ਅਜ ਤੱਕ ਤੁਹਾਡੇ ਨਾਲ ਕਿਸੇ ਨੇ ਸ਼ੇਅਰ ਨਹੀਂ ਕੀਤਾ ਹੋਵੇਗਾ ਲੇਕਿਨ ਕਾਫੀ ਪੁਖਤਾ ਤਰੀਕੇ ਨਾਲ ਮੈਂ ਥੋੜੀ ਜਾਣਕਾਰੀ ਦੇ ਰਿਹਾ ਕਿਉਂਕਿ ਬਹੁਤ ਸੀ ਗੱਲਬਾਤ ਸੁਖਵਿੰਦਰ ਦਿਆਲ ਨੇ ਜੋ ਦਿੱਤੀ ਹੈ ਉਸ ਵਕਤ ਦੀਆਂ ਅਖਬਾਰਾਂ ਦੇ ਵਿੱਚ ਵੀ ਬਾਅਦ ਦੇ ਵਿੱਚ ਕਈ ਅਲੱਗ ਸੰਦਰਭਾਂ ਦੇ ਵਿੱਚ ਉਹ ਚੀਜ਼ਾਂ ਨਸ਼ਰ ਹੋਈਆਂ ਲੇਕਿਨ ਸੁਖਵਿੰਦਰ ਕਾਕੇ ਵੱਲੋਂ ਇੱਕ ਪੁਰਾਣੇ ਕੇਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਦੋਂ ਕੇਵਲ ਸਿੰਘ ਖੱਬੇ ਰਾਜਪੂਤਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ April 1990 ਦੇ ਵਿੱਚ ਉਸ ਤੋਂ ਬਾਅਦ ਸ਼ੱਕ ਇਹ ਹੋ ਜਾਂਦਾ ਵੀ ਸੁਖਵਿੰਦਰ ਕਾਕਾ ਮੈਂ ਹੁਣ ਤੁਹਾਨੂੰ ਥੋੜਾ ਜਿਹਾ ਫਲੈਸ਼ਬੈਕਸ ਲੈ ਕੇ ਜਾ ਰਿਹਾ ਹਾਂ ਵੀ ਸੁਖਵਿੰਦਰ ਕਾਕਾ ਪੁਲਿਸ ਦਾ ਮੁਖਬਰ ਹੋ ਸਕਦਾ ਹੈ ਤੇ ਸ਼ੱਕ ਦੀ ਸੂਈ ਸੁਖਵਿੰਦਰ ਕਾਕਾ ਤੇ ਆ ਸਕਦੀ ਹੁੰਦੀ ਹੈ ਜਨਰਲ ਰਿਆਲ ਸੁਖਵਿੰਦਰ ਕਾਕਾ ਹੀ ਹੈ ਇਸ ਚੀਜ਼ ਦੇ ਐਕਸਪੋਜ਼ ਹੋਣ ਦਾ ਡਰ ਹੁੰਦਾ ਹੈ ਸੁਖਵਿੰਦਰ ਕਾਕਾ ਇੱਕ ਸਾਜ਼ਿਸ਼ ਕਾੜਦਾ ਹੈ ਤੇ ਉਸ ਸਾਜ਼ਿਸ਼ ਦੇ ਤਹਿਤ ਪੁਲਿਸ ਅਫਸਰਾਂ ਜੋ ਕਿ ਪਹਿਲਾਂ ਹੀ ਉਸ ਦੇ ਕੌਨਫੀਡੈਂਸ ਦੇ ਵਿੱਚ ਹੁੰਦੇ ਨੇ ਉਹਨਾਂ ਨੂੰ ਕਹਿ ਕੇ ਇੱਕ ਫਰਜ਼ੀ ਜਿਹੜਾ ਹੈ ਮੁਕਾਬਲਾ ਤਿਆਰ ਕੀਤਾ ਜਾਂਦਾ ਹੈ ਇਹ ਮੁਕਾਬਲਾ ਫਰਜ਼ੀ ਨਹੀਂ ਹੁੰਦਾ ਬਲਕਿ ਇਹ ਇੱਕ ਐਸਾ ਸਟੇਜ ਮੈਨੇਜ ਆਪਰੇਸ਼ਨ ਹੁੰਦਾ ਜਿਸ ਵਿੱਚ ਕਿ ਇੱਕ ਡੀਐਸਪੀ ਗੁਰਬਚਨ ਸਿੰਘ ਜਿਹੜਾ ਹੁੰਦਾ ਹੈ ਉਸ ਉੱਤੇ ਇੱਕ ਹਮਲੇ ਨੂੰ ਦਰਸਾਇਆ ਜਾਂਦਾ ਹੈ ਇਹ ਹਮਲਾ ਟੋਟਲੀ ਸਟੇਜ ਮੈਨੇਜ ਹੁੰਦਾ ਇਸ ਨੂੰ ਇੱਕ ਫੇਕ ਤਰੀਕੇ ਨਾਲ ਬਣਾਇਆ ਗਿਆ ਹਮਲਾ ਹੁੰਦਾ ਹੈ ਉਸ ਇਲਾਕੇ ਦੇ ਵਿੱਚ ਕਈ ਘੰਟੇ ਤੱਕ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਕੀ ਬਾਅਦ ਦੇ ਵਿੱਚ ਦੱਸਿਆ ਜਾਂਦਾ ਹੈ ਪੁਲਿਸ ਵੱਲੋਂ ਖਬਰਾਂ ਇਹ ਨਸ਼ਰ ਕੀਤੀਆਂ ਜਾਂਦੀਆਂ ਨੇ ਵੀ ਪੁਲਿਸ ਵੱਲੋਂ ਕਈ ਘੰਟੇ ਤੱਕ ਲਗਾਤਾਰ ਗੋਲੀਬਾਰੀ ਤੋਂ ਬਾਅਦ ਬਾਲ-ਬਾਲ ਇਸ ਪੂਰੇ ਹਮਲੇ ਦੇ ਵਿੱਚ ਡੀਐਸਪੀ ਗੁਰਬਚਨ ਬਚ ਗਿਆ ਇਸ ਪੂਰੇ ਦੇ ਪੂਰੇ ਜਿਹੜਾ ਜਿਹੜਾ ਹਮਲਾ ਹੁੰਦਾ ਹੈ ਇਸ ਨੂੰ ਦਰਸਾਉਣ ਦਾ ਮਕਸਦ ਇਹ ਹੁੰਦਾ ਹੈ ਵੀ ਸੁਖਵਿੰਦਰ ਕਾਕੇ ਵੱਲੋਂ ਇਸ ਹਮਲੇ ਦੀ ਬਾਅਦ ਵਿੱਚ ਜ਼ਿੰਮੇਵਾਰੀ ਲਈ ਜਾਣੀ ਹੁੰਦੀ ਹੈ ਬਥੇਰੀ ਖਾਲਕੂ ਜਿੱਥੇ ਬੰਦੀਆਂ ਦੇ ਲੋਕ ਜਿਨ੍ਹਾਂ ਨੂੰ ਸ਼ੱਕ ਹੋ ਚੁੱਕਾ ਹੁੰਦਾ ਸੁਖਵਿੰਦਰ ਕਾਕੇ ਉੱਤੇ ਉਹਨਾਂ ਨੂੰ ਲੱਗ ਰਿਹਾ ਹੁੰਦਾ ਵੀ ਉਹਨਾਂ ਦੇ ਬਹੁਤ ਸਾਰੇ ਖਾਲਕੂ ਸਾਥੀਆਂ ਦੀਆਂ ਜਿਹੜੀਆਂ ਮੌਤਾਂ ਮੁਕਾਬਲੇ ਉਹਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਲਾ ਇਨਕਲੂਡਿੰਗ ਕੇਵਲ ਸਿੰਘ ਖੱਬੇ ਰਾਜਪੂਤਾ ਉਹ ਸੁਖਵਿੰਦਰ ਕਾਕੇ ਦੀ ਬਦੌਲਤ ਹੋ ਰਿਹਾ ਹੋ ਸਕਦਾ ਹੈ ਸੋ ਉਹਨਾਂ ਦੇ ਉਸ ਸ਼ੱਕ ਨੂੰ ਦੂਰ ਕਰਨ ਲਈ ਇਸ ਝੂਠੇ ਇਨਕਾਊਂਟਰ ਨੂੰ ਇਸ ਝੂਠੇ ਮੁਕਾਬਲੇ ਨੂੰ ਸਟੇਜ ਮੈਨੇਜ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਕੀ ਖਬਰਾਂ ਵੀ ਅਕੋਰਡਿੰਗਲੀ ਛਪਦੀਆਂ ਨੇ ਇਹ ਜਿਹੜਾ ਕੇਸ ਹੈ 1990 ਦਾ ਇਹ ਲਾਈਵ ਹੁੰਦਾ ਹੈ ਯਾਨੀ ਕਿ ਚੱਲਦਾ ਪ ਸਾਲ 2004 ਤੇ ਦਵਾਰਾ ਆੰਨੇ ਜਿਸ ਵਕਤ ਕੀ ਦਵਾਰਾ ਸਿੰਘ ਦਾ ਜਿਹੜਾ ਅਤੰਕ ਹੈ ਜਲੰਧਰ ਦੇ ਇਲਾਕੇ ਦੇ ਵਿੱਚ ਚੱਲਦਾ ਪਿਆ ਹੁੰਦਾ ਮੈਂ ਤੁਹਾਨੂੰ ਦੱਸਿਆ ਸੀ 1993 ਤੋਂ ਬਾਅਦ ਸੁਖਵਿੰਦਰ ਕਾਕਾ ਜ਼ਿਆਦਾ ਸਮਾਂ ਦਿੱਲੀ ਰਿਹਾ ਲੇਕਿਨ ਇਸ ਵਕਤ ਉਸ ਨੂੰ ਦੱਸਿਆ ਜਾਂਦਾ ਕਿਉਂਕਿ ਉਸ ਦੇ ਪੁਲਿਸ ਦੇ ਵਿੱਚ ਕਈ ਆ ਆਕਾਸਨ ਮਾਈਬਾਬਸਨ ਉਹਨਾਂ ਬੋਲੋ ਕਿਹਾ ਜਾਂਦਾ ਵੀ ਹੁਣ ਤੂੰ ਜਾ ਕੇ 1990 ਦਾ ਆਪਣਾ ਪੁਰਾਣਾ ਜਿਹੜਾ ਕੇਸ ਸੀ ਜਿਸ ਵਿੱਚ ਕੀ ਡੀਐਸਪੀ ਗੁਰਬਚਨ ਉੱਤੇ ਇੱਕ ਹਮਲਾ ਹੋਇਆ ਸੀ ਉਸ ਦੀਆਂ ਜਿਹੜੀਆਂ ਉਪਚਾਰਕਤਾਵਾਂ ਹੈ ਉਹ ਪੂਰੀਆਂ ਕਰੋ ਤੇ ਉਸ ਕੇਸ ਦੇ ਵਿੱਚ ਆਪਣੇ ਆਪ ਨੂੰ ਡਿਸਚਾਰਜ ਕਰਾਓ ਕਿਉਂਕਿ ਪੁਲਿਸ ਰਿਕਾਰਡ ਦੇ ਵਿੱਚ ਸਿੱਧੇ ਹੋਣਾ ਸੁਖਵਿੰਦਰ ਕਾਕਾ ਲਈ ਜ਼ਰੂਰੀ ਹੁੰਦਾ ਸੋ ਸੁਖਵਿੰਦਰ ਕਾਕਾ ਅਕੋਰਡਿੰਗਲੀ ਜਲੰਧਰ ਦੇ ਵਿੱਚ ਜਾਂਦਾ ਤੇ ਉਸ ਵਕ ਜਿਹੜੇ ਐਸਐਸਪੀ ਹੁੰਦੇ ਨੇ ਉਹਨਾਂ ਨੂੰ ਮਿਲਦਾ ਹੈ ਆਈ ਥਿੰਕ ਗੁਰਪ੍ਰੀਤ ਪੁੱਲਰ ਹੀ ਹੁੰਦੇ ਨੇ ਉਸ ਵਕਤ ਐਸਐਸਪੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਐਸੇ ਦੌਰਾਨ ਐਸਐਸਪੀ ਵੱਲੋਂ ਸੁਖਵਿੰਦਰ ਕਾਕੇ ਦੇ ਨਾਲ ਉਸ ਸੀਰੀਅਲ ਕਿਲਰ ਦੇ ਜਿਹੜੀ ਦਹਿਸ਼ਤ ਮਚੀ ਹੁੰਦੀ ਹੈ ਉਸ ਸਮੇਂ ਉਸ ਇਲਾਕੇ ਦੇ ਵਿੱਚ ਉਹਨੂੰ ਵੀ ਸਾਂਝਾ ਕੀਤਾ ਜਾਂਦਾ ਹੈ ਤੇ ਉਸ ਤੋਂ ਮਦਦ ਵੀ ਮੰਗੀ ਜਾਂਦੀ ਹੈ ਹਾਲਾਂਕਿ ਪੁਲਿਸ ਆਪਣੇ ਆਪ ਨੂੰ ਸਮਰੱਥ ਮੰਨਦੀ ਹੁੰਦੀ ਹੈ ਲੇਕਿਨ ਕਈ ਮਹੀਨੇ ਤਾਂ ਪੁਲਿਸ ਕੁਲੈਸ ਹੁੰਦੀ ਹੈ ਲਗਾਤਾਰ ਦਬਾਅ ਵਧ ਰਿਹਾ ਹੁੰਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਆਪਣੇ ਪੁਰਾਣੇ ਟੰਗ ਤਰੀਕੇ ਤੇ ਨੈੱਟਵਰਕ ਨੂੰ ਵਰਤਿਆ ਹੋਇਆ ਸੁਖਵਿੰਦਰ ਕਾਕੇ ਵੱਲੋਂ ਪੁਲਿਸ ਤੋਂ ਮਦਦ ਮੰਗੀ ਜਾਂਦੀ ਹੈ ਉਸ ਨੂੰ ਇੱਕ ਇੰਡੀਕਾ ਗੱਡੀ ਤੇ 25000 ਕੈਸ਼ ਦਿੱਤਾ ਜਾਂਦਾ ਤੇ ਇਸ ਦਿਨਾਂ ਲਈ ਇੱਕ ਪੁਲਿਸ ਜਿਹੜਾ ਮੁਲਾਜ਼ਮ ਹੁੰਦਾ ਹੈ ਜੋ ਕਿ ਇੱਕ ASI ਲੈਵਲ ਦਾ ਅਫਸਰ ਹੁੰਦਾ ਹੈ ASI ਰਮਨੂਸ ਦਾ ਨਾਮ ਦੱਸਿਆ ਜਾਂਦਾ ਉਸ ਨੂੰ ਵੀ ਇਸ ਅੰਡਰਕਵਰ ਟੀਮ ਦੇ ਵਿੱਚ ਦਿੱਤਾ ਜਾਂਦਾ ਸੋ ਇਸ ਪੂਰੀ ਦੀ ਪੂਰੀ ਟੀਮ ਨੇ ਉਸ ਸੀਰੀਅਲ ਕਿਲਰ ਨੂੰ ਲੱਭਣਾ ਹੁੰਦਾ ਜੋ ਕਿ ਅਸਲ ਦੇ ਵਿੱਚ ਦਰਬਾਰਾ ਸਿੰਘ ਹੁੰਦਾ ਲੇਕਿਨ ਇਸ ਚੀਜ਼ ਬਾਰੇ ਕਿਸੇ ਨੂੰ ਪਤਾ ਨਹੀਂ ਹੁੰਦਾ ਸਾਰੇ ਕਲੂਸ ਹੁੰਦੇ ਨੇ ਇਸ ਦੌਰਾਨ ਐਂਡਰਕਵਰਡ ਟੀਮ ਕਈ ਹਫ਼ਤੇ ਤੱਕ ਆਪਣਾ ਕੰਮ ਕਰਦੀ ਹੈ ਕਈ ਮਹੀਨੇ ਦੀ ਮਿਹਨਤ ਤੋਂ ਬਾਅਦ ਵੀ ਇਹਨਾਂ ਦੇ ਹੱਥ ਕੋਈ ਕਾਮਯਾਬੀ ਠੇਕ ਉਸੇ ਤਰੀਕੇ ਨਾਲ ਨਹੀਂ ਲੱਗਦੀ ਜਿਵੇਂ ਕਿ ਪੰਜਾਬ ਪੁਲਿਸ ਜਾਂ ਜਲੰਧਰ ਪੁਲਿਸ ਨੂੰ ਕੋਈ ਕਾਮਯਾਬੀ ਨਹੀਂ ਮਿਲ ਰਹੀ ਹੁੰਦੀ ਲੇਕਿਨ ਐਸੇ ਦੌਰਾਨ ਵਾਰਦਾਤਾਂ ਤੇ ਕਤਲਾਂ ਦਾ ਬੱਚਿਆਂ ਦੇ ਛੋਟੇ ਛੋਟੇ ਮਾਸੂਮ ਬੱਚਿਆਂ ਦੀਆਂ ਹੱਤਿਆਵਾਂ ਦਾ ਦੌਰ ਹੈ ਉਹ ਜਾਰੀ ਰਹਿ ਰਿਹਾ ਹੁੰਦਾ ਹੈ ਰਈਆ ਦੀ ਨਹਿਰ ਤੇ ਉਸ ਖਡੂਰ ਸਾਹਿਬ ਰੋਡ ਦੇ ਉੱਤੇ ਇਲਾਕੇ ਦੇ ਵਿੱਚ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਜਿਹੜਾ ਹੈ ਉਹ ਵੀ ਜਾਰੀ ਹੁੰਦਾ ਹੈ ਕਈ ਬੱਚਿਆਂ ਦੀਆਂ ਲਾਸ਼ਾਂ ਮਿਲ ਰਹੀਆਂ ਹੁੰਦੀਆਂ ਨੇ ਤੇ ਕਈ ਬੱਚਿਆਂ ਨੂੰ ਸਿਰਫ ਉਹਨਾਂ ਨੂੰ ਅਗਵਾ ਕਰਨ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹ ਦਰਜ ਕਰਾਈਆਂ ਜਾ ਰਹੀਆਂ ਹੁੰਦੀਆਂ ਨੇ ਇਸੇ ਦੌਰਾਨ ਉਹ ਸੀਰੀਅਲ ਕਿਲਰ ਦਰਬਾਰਾ ਸਿੰਘ ਤੋਂ ਇੱਕ ਅਜੇਹੀ ਗਲਤੀ ਹੋ ਜਾਂਦੀ ਹੈ ਯਾਨੀ ਕਿ ਆਪਣੀਆਂ ਉਹਨਾਂ ਹੀ ਵਾਰਦਾਤਾਂ ਜਿਨ੍ਹਾਂ ਨੂੰ ਕਿ ਉਹ ਢੜਲੇ ਨਾਲ ਅੰਜਾਮ ਦੇ ਰਿਹਾ ਹੁੰਦਾ ਹੈ ਇਸ ਚੀਜ਼ ਦੀ ਪਰਵਾਹ ਕਿਤੇ ਬਗੈਰ ਵੀ ਉਹ ਜਲੰਧਰ ਦੇ ਆਸ-ਪਾਸ ਦੇ ਇੱਕ ਬਹੁਤ ਹੀ ਛੋਟੇ ਇਲਾਕੇ ਦੇ ਵਿੱਚ ਝੁੱਗੀ ਚੌਪੜੀ ਦੇ ਇਲਾਕੇ ਨੂੰ ਲਗਾਤਾਰ ਟਾਰਗੇਟ ਕਰ ਰਿਹਾ ਹੁੰਦਾ ਇੱਕ ਵਰਗ ਵਿਸ਼ੇਸ਼ ਨੂੰ ਟਾਰਗੇਟ ਕਰ ਰਿਹਾ ਹੁੰਦਾ ਹੈ ਉਸ ਤੋਂ ਬਾਅਦ ਉਹ ਦੋ ਬੱਚਿਆਂ ਨੂੰ ਚੁੱਕ ਕੇ ਲੈ ਜਾਂਦਾ ਜਿਸ ਵਿੱਚੋਂ ਇੱਕ ਬੱਚੇ ਨੂੰ ਉਹਦੇ ਨਾਲ ਕੋ ਕਰਮ ਕਰਕੇ ਉਸ ਨੂੰ ਮਾਰ ਦਿੰਦਾ ਹੈ ਲੇਕਿਨ ਦੂਸਰੀ ਬੱਚੀ ਦੇ ਨਾਲ ਉਹ ਕੋ ਕਰਮ ਕਰਨ ਤੋਂ ਬਾਅਦ ਉਸ ਦਾ ਗਲਾ ਜਦੋਂ ਕੱਟਣ ਦੀ ਵਡਣ ਦੀ ਕੋਸ਼ਿਸ਼ ਕਰਦਾ ਹੈ ਉਸ ਵਿੱਚ ਉਹ ਨੂੰ ਲੱਗਦਾ ਵੀ ਉਸਨੇ ਉਸ ਬੱਚੀ ਨੂੰ ਮਾਰਤਾ ਲੇਕਿਨ ਉਹ ਬੱਚੀ ਜਿਉਂਦੀ ਬਚ ਜਾਂਦੀ ਹੈ ਬਾਅਦ ਦੇ ਵਿੱਚ ਉਸ ਬੱਚੀ ਨੂੰ ਜਦੋਂ ਟ੍ਰੇਸ ਕੀਤਾ ਜਾਂਦਾ ਹੈ ਉਸ ਬੱਚੀ ਵੱਲੋਂ ਆਪਣੀ ਪੂਰੀ ਦੀ ਪੂਰੀ ਗਵਾਹੀ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਇਸ ਬੱਚੀ ਵੱਲੋਂ ਦਿੱਤੇ ਗਏ ਵੇਰਵੇ ਅਨੁਸਾਰ ਇੱਕ ਸਕੈਚ ਤਿਆਰ ਕੀਤਾ ਜਾਂਦਾ ਹੈ ਇਸ ਕਛਵੀ ਦਰਬਾਰਾ ਸਿੰਘ ਨਾਲ ਉਸ ਤਰੀਕੇ ਨਾਲ ਨਹੀਂ ਮਿਲ ਰਿਹਾ ਹੁੰਦਾ ਲੇਕਿਨ ਦਰਬਾਰਾ ਸਿੰਘ ਕਿਸੇ ਵੀ ਖਾਤੇ ਤੋਂ ਜਲੰਧਰ ਪੁਲਿਸ ਦੇ ਜਾਂ ਤਫਤੀਸ਼ਾ ਏਜੰਸੀਆਂ ਜਾਂ ਟੀਮਾਂ ਦੇ ਰਡਾਰ ਤੇ ਹੁੰਦਾ ਹੀ ਨਹੀਂ ਕਿਉਂਕਿ ਉਹ ਜਲੰਧਰ ਇਲਾਕੇ ਦੇ ਵਿੱਚ ਤਕਰੀਬਨ ਨਾਨ ਐਗਜ਼ਿਸਟ ਕਰ ਰਿਹਾ ਹੁੰਦਾ ਹੈ ਯਾਨੀ ਕਿ ਉਸ ਦੀ ਕੋਈ ਵੀ ਖੋਹ ਉਸ ਇਲਾਕੇ ਦੇ ਵਿੱਚ ਕ੍ਰਿਮੀਨਲ ਰਿਕਾਰਡ ਪੱਖੋਂ ਨਹੀਂ ਹੁੰਦੀ ਸੁਖਵਿੰਦਰ ਕਾਕੇ ਦੀ ਜਿਹੜੀ ਅੰਡਰ ਕਵਰ ਟੀਮ ਹੁੰਦੀ ਹੈ ਉਸ ਵਿੱਚ ਇੱਕ ਹੋਰ ਅਹਿਮ ਸੈਂਟਰਲ ਕੈਰੈਕਟਰ ਹੁੰਦਾ ਆਤਮਾ ਪਹਿਲਵਾਨ ਜਿਸਨੇ ਕਿ ਸੁਖਵਿੰਦਰ ਕਾਕੇ ਤੋਂ ਕੋਈ ਮਦਦ ਲਈ ਹੁੰਦੀ ਹੈ ਉਸ ਦਾ ਵੀ ਜਿਹੜਾ ਪਸ਼ੋਕੜ ਹੁੰਦਾ ਹੈ ਉਹ ਅਪਰਾਧਿਕ ਹੁੰਦਾ ਹੈ ਦੋ ਹੋਰ ਨੌਜਵਾਨ ਇਹਨਾਂ ਦੇ ਨਾਲ ਹੁੰਦੇ ਨੇ ਤੇ ਨਾਲ ASI ਰਮਨ ਹੁੰਦਾ ਹੈ ਇਹ ਪੂਰੀ ਦੀ ਪੂਰੀ ਟੀਮ ਵੀ ਉਸ ਸਕੈਚ ਨੂੰ ਦੇਖ ਕੇ ਕੋਈ ਜ਼ਿਆਦਾ ਅੰਦਾਜ਼ਾ ਨਹੀਂ ਲਗਾ ਪਾਉਂਦੀ ਲੇਕਿਨ ਐਸੇ ਦੌਰਾਨ ਕਪੂਰਥਲੇ ਦੇ ਵਿੱਚ ਜੋ ਕਿ ਬੇਸ ਹੁੰਦਾ ਹੈ ਸੁਖਵਿੰਦਰ ਕਾਕੇ ਦਾ ਉਸੇ ਦੌਰਾਨ ਇੱਕ CIA ਸਟਾਫ ਦਾ ਇੱਕ ਅਫਸਰ ASI ਦੱਸਿਆ ਜਾਂਦਾ ਹੈ ਬਾਬਾ ਚਮਨ ਉਸ ਦਾ ਨਾਮ ਦੱਸਿਆ ਜਾਂਦਾ ਹੈ ਜੋ ਕਿ ਅਚਾਨਕ ਸੁਖਵਿੰਦਰ ਕਾਕੇ ਨਾਲ ਉਸ ਵਕਤ ਮਿਲਨ ਆ ਜਾਂਦਾ ਜਦੋਂ ਕਿ ਸੁਖਵਿੰਦਰ ਕਾਕਾ ਆਪਣੀ ਅੰਡਰਕਵਰ ਟੀਮ ਨੂੰ ਫੋਨ ਉੱਤੇ ਹਿਦਾਇਤਾਂ ਦੇ ਰਿਹਾ ਹੁੰਦਾ ਹੈ ਹਿਦਾਇਤਾਂ ਕੱਟ ਉਹ ਲਾਂਤਾ ਜਿਆਦਾ ਪਾ ਰਿਹਾ ਹੁੰਦਾ ਵੀ ਇੰਨੀਆਂ ਵਾਰਦਾਤਾਂ ਹੋ ਚੁੱਕੀਆਂ ਨੇ ਤੇ ਤੁਹਾਡੇ ਤੋਂ ਕੁਝ ਨਹੀਂ ਹੋ ਪਾ ਰਿਹਾ ਉਸ ਗੱਲ ਨੂੰ ਸੁਣਦੇ ਹੀ ਬਾਬਾ ਚਮਨ ਕਹਿੰਦਾ ਹੈ ਕਿ ਇੱਕ ਬਹੁਤ ਪੁਰਾਣਾ ਕੇਸ ਹੈ ਤਕਰੀਬਨ 10-11 ਸਾਲ ਪੁਰਾਣਾ ਤੁਸੀਂ ਇਹ ਵੇਖ ਲਓ ਵੀ ਉਹ ਸ਼ਖਸ ਕਿੱਥੇ ਹੈ ਕਿਉਂਕਿ ਕਪੂਰਥਲੇ ਦੇ ਵਿੱਚ ਵੀ ਅਜਿਹੀਆਂ ਕੁਝ ਵਾਰਦਾਤਾਂ ਹੋਈਆਂ ਸਨ ਕਿਉਂਕਿ ਇਹ ਸਕੈਚ ਉਸ ਵਕਤ ਅਖਬਾਰ ਵਿੱਚ ਆ ਚੁੱਕਾ ਹੁੰਦਾ ਹੈ ਸੋ ਬਾਬਾ ਚਮਨ ਦੀ ਇਸ ਜਾਣਕਾਰੀ ਤੋਂ ਬਾਅਦ ਅਗਲੀ ਜਿਹੜੀ ਡਿਊਟੀ ਹੈ ਉਹ ਇੱਕ ਹੋਰ ਜਾਣਕਾਰ ਪੁਲਿਸ ਅਫਸਰ ਦੀ ਲਾਈ ਜਾਂਦੀ ਹੈ ਸੁਖਵਿੰਦਰ ਕਾਕਾ ਵੱਲੋਂ ਇਸ ਚੀਜ਼ ਦੀ ਪਾਲ ਸ਼ੁਰੂ ਕੀਤੀ ਜਾਂਦੀ ਹੈ ਵੀ ਹੁਣ ਉਹ ਦਰਬਾਰਾ ਸਿੰਘ ਜੋ ਕਿ 1993 ਚ ਫੜਾਇਆ ਜਾਂਦਾ 1996 ਚ ਉਸ ਨੂੰ 30 ਸਾਲ ਦੀ ਕੈਦ ਹੋਈ ਸੀ ਉਹ ਇਸ ਵਕਤ ਕਿੱਥੇ ਹੈ ਕੁਝ ਹੀ ਦਿਨ ਬਾਅਦ ਇਹ ਜਾਣਕਾਰੀ ਉਸ ਕੋਲ ਆ ਜਾਂਦੀ ਹੈ ਤੇ ਪਤਾ ਇਹ ਲੱਗਦਾ ਹੈ ਵੀ ਉਸ ਨੂੰ ਕੁਝ ਹੀ ਮਹੀਨੇ ਪਹਿਲਾਂ ਯਾਨੀ ਕਿ 2003 ਦੇ ਆਖਰੀ ਮਹੀਨਿਆਂ ਦੇ ਦੌਰਾਨ ਹੀ ਜੇਲ੍ਹ ਵਿੱਚੋਂ ਰਿਹਾ ਕਰਤਾ ਗਿਆ ਸੀ ਜਿਸ ਤੋਂ ਬਾਅਦ ਕਿ ਕਾਫੀ ਹੱਦ ਤੱਕ ਸੁਖਵਿੰਦਰ ਕਾਕੇ ਤੇ ਉਸਦੀ ਅੰਡਰ ਕਵਰ ਜਿਹੜੀ ਟੀਮ ਹੁੰਦੀ ਹੈ ਜਿਸ ਦੇ ਨਾਲ ਇੱਕ ਪੰਜਾਬ ਪੁਲਿਸ ਦਾ ਜਲੰਧਰ ਪੁਲਿਸ ਦਾ ਏਐਸਆਈ ਤੈਨਾਤ ਹੁੰਦਾ ਹੈ ਉਸ ਵੱਲੋਂ ਪਿੰਡ ਜੱਲੋਪੁਰ ਪਹੁੰਚਿਆ ਜਾਂਦਾ ਹੈ ਜੋ ਕਿ ਬੇਸਿਕਲੀ ਦਰਬਾਰਾ ਸਿੰਘ ਦਾ ਪਿੰਡ ਹੁੰਦਾ ਕਿਉਂਕਿ ਦਰਬਾਰਾ ਸਿੰਘ ਦੇ ਜਿਹੜਾ ਵੀ ਰਿਕਾਰਡ ਮਿਲਿਆ ਹੁੰਦਾ ਉਸ ਵਿੱਚ ਉਹਦਾ ਪਿੰਡ ਉਹੀ ਦੱਸਿਆ ਜਾਂਦਾ ਹੈ ਇਸ ਪਿੰਡ ਦੇ ਵਿੱਚ ਜਦੋਂ ਪਿੰਡ ਦੇ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਉਹਨਾਂ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂਦੀ ਕਿਉਂਕਿ ਲੋਕਾਂ ਨੂੰ ਜ਼ਿਆਦਾਤਰ ਪਤਾ ਹੀ ਨਹੀਂ ਹੁੰਦਾ ਲੇਕਿਨ ਕਈ ਬਜ਼ੁਰਗਾਂ ਤੋਂ ਕਈ ਘੰਟੇ ਦੀ ਜਿਹੜੀ ਇਨਫੋਰਮੇਸ਼ਨ ਲੈਣ ਦੀ ਕੋਸ਼ਿਸ਼ ਅੰਡਰਕਵਰ ਟੀਮ ਕਰਦੀ ਹੈ ਜਿਸ ਤੋਂ ਬਾਅਦ ਇੱਕ ਬਜ਼ੁਰਗ ਕਈ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਇੱਕ ਕਲੂ ਦਿੰਦਾ ਹੈ ਜਿਸ ਦੇ ਤਹਿਤ ਕਿ ਉਹ ਦੱਸਦਾ ਹੈ ਵੀ ਇੱਕ ਅਜਿਹਾ ਸ਼ਖਸ ਸੀ ਜਿਸ ਨੂੰ ਕਿ ਅੱਜ ਤੋਂ ਕਈ ਸਾਲ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਬੱਚੀ ਦੇ ਨਾਲ ਕੋ ਕਰਮ ਕਰਨ ਦੇ ਕਿ ਇਸ ਤੋਂ ਬਾਅਦ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ਵਿੱਚੋਂ ਕੱਢਦਾ ਗਿਆ ਸੀ ਉਸ ਤੋਂ ਬਾਅਦ ਉਸ ਦਾ ਪੂਰਾ ਦਾ ਪੂਰਾ ਪਰਿਵਾਰ ਚਲਾ ਗਿਆ ਸੀ ਤੇ ਉਹ ਪਰਿਵਾਰ ਬਾਅਦ ਦੇ ਵਿੱਚ ਜੰਡਿਆਲੇ ਦੇ ਆਸ-ਪਾਸ ਜਾ ਕੇ ਵਸਿਆ ਸੀ ਤੇ ਜੰਡਿਆਲੇ ਦੇ ਵਿੱਚ ਉਸ ਦਾ ਭਰਾ ਜਿਹੜਾ ਹੈ ਜਰਨੈਲ ਸਿੰਘ ਯਾਨੀ ਕਿ ਦਰਬਾਰਾ ਸਿੰਘ ਦਾ ਭਰਾ ਜਰਨੈਲ ਸਿੰਘ ਅੱਜ ਤੋਂ ਕੁਝ ਮਹੀਨੇ ਪਹਿਲਾਂ ਯਾਨੀ ਕਿ ਉਸ ਦਿਨ ਤੋਂ ਕੁਝ ਮਹੀਨੇ ਪਹਿਲਾਂ ਸਾਲ 2004 ਦੀ ਮੈਂ ਗੱਲ ਕਰ ਰਿਹਾ ਜੰਡਿਆਲੇ ਦੇ ਵਿੱਚ ਹੀ ਇਸ ਬਜ਼ੁਰਗ ਨੂੰ ਮਿਲਿਆ ਸੀ ਉਸ ਤੋਂ ਬਾਅਦ ਇਸ ਬਜ਼ੁਰਗ ਨੂੰ ਲੈ ਕੇ ਇਹ ਅੰਡਰਕਵਰਡ ਟੀਮ ਜੰਡਿਆਲਾ ਗੁਰੂ ਪਹੁੰਚਦੀ ਹੈ ਜੰਡਿਆਲੇ ਦੇ ਵਿੱਚ ਇੱਕ ਟੈਕਸੀ ਸਟੈਂਡ ਦੇ ਉੱਤੇ ਉਹ ਸ਼ਖਸ ਕੰਮ ਕਰਦਾ ਹੁੰਦਾ ਇਸ ਚੀਜ਼ ਦੀ ਜਾਣਕਾਰੀ ਉਸ ਬਜ਼ੁਰਗ ਕੋਲ ਹੁੰਦੀ ਹੈ ਟਰੇਸ ਕਰਕੇ ਜਰਨੈਲ ਸਿੰਘ ਨੂੰ ਉੱਥੇ ਫੜ ਲਿਆ ਜਾਂਦਾ ਤੇ ਜਰਨੈਲ ਸਿੰਘ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਇਹ ਅੰਡਰਕਵਰ ਟੀਮ ਜਿਹੜੀ ਹੈ ਹੁਣ ਜਲੰਧਰ ਵੱਲ ਰਵਾਨਾ ਹੋ ਚੁੱਕੀ ਹੁੰਦੀ ਹੈ ਕਿਉਂਕਿ ਜਰਨੈਲ ਸਿੰਘ ਸ਼ੁਰੂਆਤੀ ਫੇਸ ਦੇ ਵਿੱਚ ਦਰਬਾਰਾ ਸਿੰਘ ਤੋਂ ਟੋਟਲੀ ਦੂਰੀ ਮੇਨਟੇਨ ਕਰਦਾ ਤੇ ਕਹਿੰਦਾ ਵੀ ਮੈਂ ਬਿਲਕੁਲ ਨਹੀਂ ਜਾਣਦਾ ਕਿ ਦਰਬਾਰਾ ਸਿੰਘ ਦੇ ਕੀ ਵੇਅਰ ਅਬਾਊਟਸ ਨੇ ਕਿੱਥੇ ਹੋ ਰਹਿੰਦਾ ਲੇਕਿਨ ਬਾਅਦ ਦੇ ਵਿੱਚ ਅੰਡਰਕਵਰ ਟੀਮ ਸਮਝ ਚੁੱਕੀ ਹੁੰਦੀ ਹੈ ਵੀ ਹੁਣ ਹੋਰ ਕੋ ਇਕ ਸਦਮਸਾਨ ਇਲਾਕੇ ਦੇ ਉੱਤੇ ਇਸ ਗੱਡੀ ਨੂੰ ਖੜਾ ਕਰ ਲਿਆ ਜਾਂਦਾ ਹੈ ਕੰਪੱਟੀ ਉੱਤੇ ਬੰਦੂਕ ਲਗਾ ਕੇ ਜਰਨੈਲ ਸਿੰਘ ਨੂੰ ਇੱਕ ਸਪੀਕਰ ਫੋਨ ਉੱਤੇ ਲਿਆ ਜਾਂਦਾ ਹੈ ਜਿਸ ਦੇ ਵਿੱਚ ਗੱਲ ਸੁਖਵਿੰਦਰ ਕਾਕਾ ਕਰਦਾ ਹੈ ਸੁਖਵਿੰਦਰ ਕਾਕਾ ਵੱਲੋਂ ਕਿਹਾ ਜਾਂਦਾ ਹੈ ਵੀ ਜਰਨੈਲ ਸਿੰਘ ਨੂੰ ਗੋਲੀ ਮਾਰਤੀ ਜਾਵੇ ਤੇ ਦੱਸਤਾ ਜਾਵੇ ਵੀ ਇਹੀ ਉਹ ਸੀਰੀਅਲ ਕਿਲਰ ਸੀ ਯਾਨੀ ਕਿ ਇਹੀ ਉਹ ਸ਼ਖਸ ਹੈ ਜੋ ਕਿ ਜਲੰਧਰ ਦੇ ਇਲਾਕੇ ਵਿੱਚ ਵਾਰਦਾਤਾਂ ਕਰ ਰਿਹਾ ਤੇ ਇਸ ਨੂੰ ਹੀ ਸੀਰੀਅਲ ਕਿਲਰ ਬਣਾ ਕੇ ਅਸੀਂ ਪੁਲਿਸ ਦੇ ਵਿੱਚ ਦਿਖਾ ਦੇਾਂਗੇ ਐਨੀ ਗੱਲ ਸੁਣਨ ਤੋਂ ਬਾਅਦ ਜਰਨੈਲ ਸਿੰਘ ਫਟ ਪੈਂਦਾ ਹੈ ਤੇ ਉਹ ਆਪਣੀ ਪੂਰੀ ਦੀ ਪੂਰੀ ਕਹਾਣੀ ਤੇ ਉਹ ਪਤਾ ਦੱਸਦਾ ਜਿੱਥੇ ਕਿ ਦਰਬਾਰਾ ਸਿੰਘ ਤੇ ਉਸ ਦਾ ਪਰਿਵਾਰ ਜਲੰਧਰ ਦੇ ਵਿੱਚ ਰਹਿ ਰਿਹਾ ਹੁੰਦਾ ਹੈ ਜਰਨੈਲ ਸਿੰਘ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਜਲੰਧਰ ਦੇ ਟਿਗੋਰ ਹਸਪਤਾਲ ਦੇ ਵਿੱਚ ਦਰਬਾਰਾ ਸਿੰਘ ਦੀ ਪਤਨੀ ਕੰਮ ਕਰਦੀ ਹੈ ਬਤੌਰ ਇੱਕ ਨਰਸ ਜਾਂ ਫਿਰ ਉਸ ਤੋਂ ਥਰਡੇ ਕਿਸੇ ਗ੍ਰੇਡ ਤੇ ਕੰਮ ਕਰਦੀ ਹੁੰਦੀ ਹੈ ਜਿਸ ਤੋਂ ਬਾਅਦ ਕਿ ਇਹ ਲੋਕ ਟਿਗੋਰ ਹਸਪਤਾਲ ਪਹੁੰਚਦੇ ਨੇ ਟਿਗੋਰ ਹਸਪਤਾਲ ਦੇ ਵਿੱਚ ਉਸ ਦਿਨ ਉਸ ਦੀ ਜਿਹੜੀ ਪਤਨੀ ਹੈ ਦਰਬਾਰਾ ਸਿੰਘ ਦੀ ਪਹੁੰਚੀ ਨਹੀਂ ਹੁੰਦੀ ਛੁੱਟੀ ਤੇ ਹੁੰਦੀ ਹੈ ਉਸ ਦਾ ਪਤਾ ਲੈ ਕੇ ਇਹ ਲੋਕ ਦਰਬਾਰਾ ਸਿੰਘ ਦੇ ਘਰ ਜਲੰਧਰ ਦੇ ਵਿੱਚ ਪਹੁੰਚਦੇ ਨੇ ਪਤਨੀ ਤੇ ਬੇਟਾ ਦਰਬਾਰਾ ਸਿੰਘ ਦੇ ਉਥੇ ਹੁੰਦੇ ਨੇ ਅੰਡਰਕਵਰ ਟੀਮ ਵੱਲੋਂ ਇਹਨਾਂ ਨੂੰ ਕਾਬੂ ਕਰ ਲਿਆ ਜਾਂਦਾ ਹੁਣ ਮੈਂ ਇੱਥੇ ਮੈਂ ਦੱਸ ਦਵਾਂ ਕਿ ਸਾਰਾ ਦਾ ਸਾਰਾ ਆਪਰੇਸ਼ਨ ਅੰਡਰਕਵਰ ਟੀਮ ਕਰ ਰਹੀ ਹੁੰਦੀ ਹੈ ਜਿਸ ਦੇ ਵਿੱਚ ਇੱਕ ਪੁਲਿਸ ਦਾ ਅਸਿਸਟੈਂਟ ਸਬ ਇੰਸਪੈਕਟਰ ਹੁੰਦਾ ਹੈ ਉਸ ਤੋਂ ਇਲਾਵਾ ਸਾਰੇ ਦੇ ਸਾਰੇ ਇਹ ਲੋਕ ਉਹੀ ਹੁੰਦੇ ਨੇ ਜੋ ਕਿ ਆ ਆਤਮਾ ਪਹਿਲਵਾਨ ਤੇ ਉਸਦੀ ਹੋਰ ਅੰਡਰ ਕਵਰ ਟੀਮ ਹੁੰਦੀ ਹੈ ਜੋ ਕਿ ਬੇਸਿਕਲੀ ਸੁਰਿੰਦਰ ਸੁਖਵਿੰਦਰ ਕਾਕੇ ਦੇ ਇਸ਼ਾਰੇ ਤੇ ਕੰਮ ਕਰ ਰਹੇ ਹੁੰਦੇ ਨੇ ਜਾਂ ਉਸਦੀ ਕਮਾਂਡ ਦੇ ਹੇਠ ਕੰਮ ਕਰ ਰਹੇ ਹੁੰਦੇ ਨੇ ਇਹ ਪੂਰੀ ਦੀ ਪੂਰੀ ਅੰਡਰ ਕਵਰ ਟੀਮ ਪਹੁੰਚ ਕੇ ਉਸ ਦੇ ਕਾਰ ਦਰਬਾਰਾ ਸਿੰਘ ਦੇ بیٹے ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰਦੀ ਹੈ بیٹے ਨੂੰ ਕੁੱਟ ਖਾਂਦਾ ਦੇਖ ਕੇ ਦਰਬਾਰਾ ਸਿੰਘ ਦੀ ਪਤਨੀ ਤੋਂ ਰਹਿ ਆ ਨਹੀਂ ਜਾਂਦਾ ਕਿਉਂਕਿ ਸ਼ੁਰੂਆਤ ਦੇ ਵਿੱਚ ਜਰਨੈਲ ਸਿੰਘ ਦਰਬਾਰਾ ਸਿੰਘ ਦੇ ਭਰਾ ਵਾਂਗ ਹੀ ਉਸਦੀ ਪਤਨੀ ਨੇ ਵੀ ਕਿਹਾ ਹੁੰਦਾ ਵੀ ਦਰਬਾਰਾ ਸਿੰਘ ਬਾਰੇ ਉਹ ਕੁਝ ਨਹੀਂ ਜਾਣਦੇ ਉਨਾਂ ਨੂੰ ਸ਼ੱਕ ਹੁੰਦਾ ਵੀ ਦਰਬਾਰਾ ਸਿੰਘ ਨੇ ਹੋਰ ਕੋਈ ਪੁੱਠਾ ਸਿੱਧਾ ਕੰਮ ਕੀਤਾ ਹੋਵੇਗਾ ਜਿਸ ਦੇ ਕਾਰਨ ਸਾਡੇ ਲਈ ਸਮੱਸਿਆ ਖੜੀ ਹੋਏਗੀ ਇਸ ਵਾਸਤੇ ਉਹ ਇਹ ਜਾਣਕਾਰੀ ਇਸ ਅੰਡਰਕਵਰ ਟੀਮ ਨੂੰ ਨਹੀਂ ਦੇ ਰਹੇ ਹੁੰਦੇ ਲੇਕਿਨ ਆਪਣੇ ਬੇਟੇ ਨੂੰ ਕੁਟ ਖਾਂਦਾ ਹੋਇਆ ਦੇਖ ਕੇ ਦਰਬਾਰਾ ਸਿੰਘ ਦੀ ਜਿਹੜੀ ਪਤਨੀ ਹੁੰਦੀ ਹੈ ਉਹ ਇਸ ਜਾਣਕਾਰੀ ਨੂੰ ਸਾਂਝਾ ਕਰਦੀ ਹੈ ਤੇ ਦੱਸਦੀ ਹੈ ਜਲੰਧਰ ਦੀ ਇੱਕ ਛਾਪੜਾ ਸਵੀਟਸ ਨਾਲ ਦੇ ਇੱਕ ਬਹੁਤ ਵੱਡੇ ਜਿਹੜੇ ਵਪਾਰੀ ਹੈਗੇ ਨੇ ਉਹਨਾਂ ਦੀ ਕੋਈ ਇਮਾਰਤ ਜੋ ਕਿ ਬਣ ਰਹੀ ਹੁੰਦੀ ਹੈ ਉਸ ਦੇ ਵਿੱਚ ਦਰਬਾਰਾ ਸਿੰਘ ਇੱਕ ਚੌਕੀਦਾਰ ਦਾ ਕੰਮ ਕਰਦਾ ਹੈ ਸੋ ਇਹ ਜਿਹੜੀ ਸ਼ਨਾਖਤ ਹੈ ਉਹ ਕਰ ਲਈ ਜਾਂਦੀ ਹੈ ਦਰਬਾਰਾ ਸਿੰਘ ਦੀ ਲੋਕੇਸ਼ਨ ਟ੍ਰੇਸ ਕਰ ਲਈ ਗਈ ਹੁੰਦੀ ਹੈ ਅੰਡਰ ਕਵਰ ਟੀਮ ਉਸ ਸਾਈਟ ਤੇ ਪਹੁੰਚ ਜਾਂਦੀ ਹੈ ਜਿੱਥੇ ਕਿ ਦਰਬਾਰਾ ਸਿੰਘ ਬਤੌਰ ਚੌਕੀਦਾਰ ਕੰਮ ਕਰਦਾ ਹੁੰਦਾ ਹੈ ਉਸ ਦੇ ਨਾਲ ਦਾ ਇੱਕ ਹੋਰ ਚੌਕੀਦਾਰ ਉਸ ਨੂੰ ਮਿਲਦਾ ਹੈ ਤੇ ਉਸ ਚੌਕੀਦਾਰ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਵੀ ਦਰਬਾਰਾ ਸਿੰਘ ਕੁਝ ਹੀ ਦੇਰ ਵਿੱਚ ਉੱਥੇ ਪਹੁੰਚਣ ਵਾਲਾ ਹੈ ਤੇ ਕਿਸ ਰਸਤੇ ਰੂਟ ਤੋਂ ਆਉਂਦਾ ਹੈ ਇਸ ਬਾਰੇ ਵੀ ਅੰਡਰ ਕਵਰ ਟੀਮ ਜਾਣਕਾਰੀ ਹਾਸਲ ਕਰਦੀ ਹੈ ਤੇ ਇਸ ਤੋਂ ਬਾਅਦ ਉਸ ਰਸਤੇ ਦੇ ਉੱਤੇ ਆਪਣੀਆਂ ਗੱਡੀਆਂ ਖੜੀਆਂ ਕਰਕੇ ਦਰਬਾਰਾ ਸਿੰਘ ਜੋ ਕਿ ਆਪਣੇ ਸਾਈਕਲ ਦੇ ਉੱਤੇ ਜਿਸ ਉੱਤੇ ਇੱਕ ਬਹੁਤ ਵੱਡਾ ਕੈਰੀਅਰ ਹੁਣ ਇੱਥੇ ਕੈਰੀਅਰ ਇੰਪੋਰਟੈਂਟ ਹੈ ਕਿਉਂਕਿ ਨਾਰਮਲ ਕੈਰੀਅਰ ਜਿਵੇਂ ਸਾਈਕਲਾਂ ਦੇ ਹੁੰਦੇ ਨੇ ਉਹ ਨਹੀਂ ਹੁੰਦਾ ਇੱਕ ਚੌੜਾ ਕੈਰੀਅਰ ਹੁੰਦਾ ਤੇ ਇਨਾ ਹੀ ਸਾਈਕਲ ਦੇ ਕੈਰੀਅਰ ਦੇ ਉੱਤੇ ਬੱਚਿਆਂ ਨੂੰ ਬਿਠਾ ਕੇ ਦਰਬਾਰਾ ਸਿੰਘ ਪੁਝਾ ਕੇ ਜਲੰਧਰ ਤੋਂ ਕਈ-ਕਈ ਕਿਲੋਮੀਟਰ ਤੱਕ 20 25 25 ਕਿਲੋਮੀਟਰ ਤੱਕ ਸਾਈਕਲ ਤੇ ਹੀ ਲੈ ਜਾਂਦਾ ਹੁੰਦਾ ਫਿਰ ਜਾ ਕੇ ਰਈਆ ਦੀ ਨਹਿਰ ਜਾਂ ਫਿਰ ਉੱਥੇ ਦੇ ਸੁਨਨਸਾਨ ਇਲਾਕੇ ਦੇ ਵਿੱਚ ਬੱਚਿਆਂ ਦੇ ਨਾਲ ਗਲਤ ਕੰਮ ਕਰਕੇ ਉਹਨਾਂ ਨੂੰ ਮਾਰਦਾ ਹੁੰਦਾ ਉਸ ਸਾਈਕਲ ਦੇ ਨਾਲ ਵੱਡੇ ਕੈਰੀਅਰ ਵਾਲੇ ਸਾਈਕਲ ਦੇ ਨਾਲ ਦਰਬਾਰਾ ਸਿੰਘ ਨੂੰ ਚੱਕ ਕੇ ਇਹ ਸਾਰੇ ਦੇ ਸਾਰੇ ਅੰਡਰਕਵਰ ਟੀਮ ਗੱਡੀਆਂ ਚ ਪਾਲੰਦੀ ਹੈ ਉਸ ਤੋਂ ਬਾਅਦ ਦਰਬਾਰਾ ਸਿੰਘ ਨੂੰ ਜਲੰਧਰ ਲਿਆਇਆ ਜਾਂਦਾ ਹੈ ਇੱਥੇ ਦਰਬਾਰਾ ਸਿੰਘ ਦੇ ਨਾਲ ਫਿਰ ਤਰੀਕੇ ਨਾਲ ਪੁਲਿਸ ਪੁੱਛਗਿੱਛ ਕਰਦੀ ਹੈ ਲੇਕਿਨ ਇੱਕ ਵੀ ਥੱਪੜ ਖਾਏ ਬਗੈਰ ਹੀ ਦਰਬਾਰਾ ਸਿੰਘ ਕਹਿੰਦਾ ਵੀ ਤੁਸੀਂ ਮੇਰੇ ਤੋਂ ਜੋ ਵੀ ਜਾਣਕਾਰੀ ਲੈਣੀ ਹੈ ਤੁਸੀਂ ਲਓ ਮੈਨੂੰ ਹੱਥ ਨਾ ਲਾਓ ਮੈਂ ਸਾਰੀ ਜਾਣਕਾਰੀ ਦਵਾਂਗਾ ਤੇ ਉਸ ਤੋਂ ਬਾਅਦ ਦਰਬਾਰਾ ਸਿੰਘ ਇੱਕ ਤੋਂ ਬਾਅਦ ਇੱਕ ਆਪਣੇ ਵੱਲੋਂ ਕੀਤੇ ਹੋਏ ਕਤਲਾਂ ਉਹਨਾਂ ਕੁਕਰਮਾ ਦਾ ਪੂਰਾ ਦਾ ਪੂਰਾ ਬਿਉਰਾ ਜਲੰਧਰ ਪੁਲਿਸ ਨੂੰ ਦੰਦਾ ਹੈ ਜਿਸ ਤੋਂ ਬਾਅਦ ਕਿ ਪੁਲਿਸ ਅਲੱਗ-ਅਲੱਗ ਕੇਸ ਬਣਾਉਂਦੀ ਹੈ तकरीबन 25 ਐਸੀਆਂ ਘਟਨਾਵਾਂ ਬਾਰੇ ਮੋٹے-ਮੋٹے ਤੌਰ ਤੇ ਦਰਬਾਰਾ ਸਿੰਘ ਜਾਣਕਾਰੀ ਉਸ ਵੱਲੋਂ ਦਿੱਤੀ ਗਈ ਹੁੰਦੀ ਹੈ ਜਿਸ ਵਿੱਚੋਂ ਕਿ 17 ਬੱਚਿਆਂ ਦੀ ਜਿਹੜੀ ਸਕੇਲਟਲ ਰਿਮੇਨਸ ਹੁੰਦੇ ਨੇ ਉਹ ਰਈਆ ਦੀ ਨਹਿਰ ਤੇ ਖਡੂਰ ਸਾਹਿਬ ਦੇ ਇਲਾਕੇ ਦੇ ਵਿੱਚ ਕਈ ਸੁਨਮਸਾਨ ਇਲਾਕੇ ਜ਼ਿਆਦਾਤਰ ਉਹ ਨਹਿਰ ਦੇ ਕੰਡੇ ਦੇ ਉੱਤੇ ਥਾਵਾਂ ਹੁੰਦੀਆਂ ਨੇ ਜਿੱਥੋਂ ਕਿ ਖੋਦ ਕੇ ਉਹਨਾਂ ਸਕੇਲਟਲ ਰਿਮੇਨਸ ਨੂੰ ਕੱਢਿਆ ਜਾਂਦਾ ਹੈ ਦਰਬਾਰਾ ਸਿੰਘ ਦਾ ਇਨਕਸ਼ਾਫ ਆਪਣਾ ਹੁੰਦਾ ਹੈ ਇਸ ਤੋਂ ਬਾਅਦ ਅਦਾਲਤ ਦੇ ਵਿੱਚ ਮੁਕੱਦਮੇ ਤੁਰਦੇ ਹੈਗੇ ਨੇ 2008 ਦੇ ਵਿੱਚ ਐਡੀਸ਼ਨਲ ਸੈਸ਼ਨ ਜਿਹੜੀ ਕੋਰਟ ਹੈਗੀ ਹੈ ਜਲੰਧਰ ਦੀ ਅਲੱਗ-ਅਲੱਗ ਮੁਕਦਮਿਆਂ ਦੇ ਵਿੱਚ ਦਰਬਾਰਾ ਸਿੰਘ ਨੂੰ ਸਜ਼ਾਏ ਮੌਤ ਦੀਆਂ ਸਜ਼ਾਵਾਂ ਸੁਣਾਉਂਦੀਆਂ ਨੇ ਲਾਈਫ ਇੰਪ੍ਰਿਜ਼ਨਮੈਂਟ ਜਾਂ ਸਜ਼ਾਏ ਮੌਤ ਯਾਨੀ ਕਿ ਫਾਂਸੀ ਦੀ ਸਜ਼ਾ ਵੀ ਉਸ ਨੂੰ ਲਾਈ ਜਾਂਦੀ ਹੈ ਲੇਕਿਨ ਇਸ ਤੋਂ ਬਾਅਦ ਹਾਈ ਕੋਰਟ ਦੇ ਵਿੱਚ 2009 ਦੇ ਵਿੱਚ ਇੱਕ ਕੇਸ ਦੇ ਵਿੱਚ ਦਰਬਾਰਾ ਸਿੰਘ ਦੀ ਜਿਹੜੀ ਸਜ਼ਾ ਹੈ ਉਸ ਨੂੰ ਰੱਦ ਕਰਤਾ ਜਾਂਦਾ ਕਿਉਂਕਿ ਜਿਹੜੇ ਵੀ ਫੋਰੈਂਸਿਕ ਐਵਿਡੈਂਸ ਹੁੰਦੇ ਨੇ ਉਹਨਾਂ ਇੱਥੇ ਇੱਕ ਬੜਾ ਇੰਪੋਰਟੈਂਟ ਪੁਆਇੰਟ ਹੈ ਜੋ ਕਿ ਤੁਸੀਂ ਪਹਿਲਾਂ ਵੀ ਚਰਚਾ ਦੇ ਵਿੱਚ ਸੁਣਿਆ ਹੈ ਪੁਲਿਸ ਦੀ ਤਫ਼ਤੀਸ਼ ਅੱਡੀ ਮਾੜੀ ਹੁੰਦੀ ਹੈ ਵੀ ਡੀ ਡੀ ਐਨ ਏ ਸੈਂਪਲਸ ਲੈਣੇ ਬੱਚਿਆਂ ਦੀ ਉਹਨਾਂ ਡੈੱਡ ਬਾਡੀਜ਼ ਦੇ ਨਾਲ ਜਾਂ ਫਿਰ ਉਹ ਜਿਹੜੇ ਥੰਬ ਇੰਪ੍ਰੈਸ਼ਨ ਲੈਣੇ ਫਿੰਗਰਪ੍ਰਿੰਟਸ ਲੈਣੇ ਇਸ ਪੱਖੋਂ ਫੋਰੈਂਸਿਕ ਜਿਹੜੀ ਜਾਂਚ ਹੈ ਉਸ ਦਾ ਪੱਠਾ ਬੈਠਿਆ ਹੁੰਦਾ ਹੈ ਪੁਲਿਸ ਨੇ ਦਰਬਾਰਾ ਸਿੰਘ ਦੇ ਹੱਥ ਚੜ੍ਹਨ ਤੋਂ ਬਾਅਦ ਇਹ ਸਾਰੀਆਂ ਦੀ ਸਾਰੀਆਂ ਜਿਹੜੀਆਂ ਉਪਚਾਰਕਤਾਵਾਂ ਹੁੰਦੀਆਂ ਨੇ ਜੋ ਕਿ ਕ੍ਰਿਮੀਨਲ ਸਾਇੰਸ ਐਂਡ ਕ੍ਰਿਮੀਨੋਲੋਜੀ ਦੇ ਪੱਖੋਂ ਬਹੁਤ ਹੀ ਮਹੱਤਵਪੂਰਨ ਹੁੰਦੀਆਂ ਨੇ ਉਹਨਾਂ ਨੂੰ ਉਸ ਤਰੀਕੇ ਨਾਲ ਇਹਨਾਂ ਵਾਰਦਾਤਾਂ ਦੇ ਨਾਲ ਲਿੰਕ ਕਰਨ ਦੇ ਵਿੱਚ ਬਹੁਤ ਹੀ ਉਤਾਹੀ ਕੀਤੀ ਹੁੰਦੀ ਹੈ ਜਿਸ ਦੇ ਕਾਰਨ 2009 ਦੇ ਵਿੱਚ ਇੱਕ ਮੁਕਦਮੇ ਦੇ ਵਿੱਚ ਦਰਬਾਰਾ ਸਿੰਘ ਨੂੰ ਛੱਡ ਵੀ ਦਿੱਤਾ ਜਾਂਦਾ ਲੇਕਿਨ ਹੋਰ ਬਹੁਤ ਹੀ ਪੈਰਲਲ ਕੇਸ ਚੱਲ ਰਹੇ ਹੁੰਦੇ ਨੇ ਲੇਕਿਨ ਅਖੀਰ ਦੇ ਵਿੱਚ ਜਲੰਧਰ ਦੀਆਂ ਅਲੱਗ-ਅਲੱਗ ਅਦਾਲਤਾਂ ਐਡੀਸ਼ਨਲ ਸੈਸ਼ਨ ਜੱਜ ਵੱਲੋਂ ਅਲੱਗ-ਅਲੱਗ ਕੇਸਾਂ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਜ਼ਿਆਦਾਤਰ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹੁੰਦੀਆਂ ਨੇ ਉਹ ਹੁੰਦੀਆਂ ਨੇ ਲਾਈਫ ਇੰਪ੍ਰਿਜ਼ਨਮੈਂਟ ਦੀਆਂ ਉਹਨਾਂ ਨੂੰ 2013 ਦੇ ਵਿੱਚ ਹਾਈ ਕੋਰਟ ਤੋਂ ਮੋਰ ਲੱਗਦੀ ਹੈ ਲੇਕਿਨ ਕਿਉਂਕਿ ਫੋਰੈਂਸਿਕ ਜਿਹੜਾ ਐਵਿਡੈਂਸ ਹੁੰਦਾ ਇਸ ਮਾਮਲੇ ਦੇ ਵਿੱਚ ਬਹੁਤ ਢਿੱਲਾ ਹੁੰਦਾ ਹੈ ਪੜਤਾਲ ਜਿਹੜੀ ਪੁਲਿਸ ਦੀ ਹੁੰ ਅੰਡਰਕਵਰ ਟੀਮ ਵੱਲੋਂ ਹੀ ਜ਼ਿਆਦਾਤਰ ਕੰਮ ਕੀਤਾ ਗਿਆ ਹੁੰਦਾ ਬਾਅਦ ਦੇ ਵਿੱਚ ਇਨਫੈਕਟ ਅਦਾਲਤ ਦੇ ਵੀ ਜਿਹੜਾ 2009 ਦੀ ਮੈਂ ਜਜਮੈਂਟ ਜਸਟਿਸ ਮਹਿਤਾਬ ਸਿੰਘ ਵਾਲੀ ਪੜੀ ਉਸ ਦੇ ਵੀ ਜਸਟਿਸ ਮਹਿਤਾਬ ਸਿੰਘ ਹਾਈ ਕੋਰਟ ਦੇ ਇੱਕ ਜਿਹੜਾ ਬੈਂਚ ਸੀ ਉਸ ਨੇ ਦਰਬਾਰਾ ਸਿੰਘ ਨੂੰ ਸਿਰਫ ਇਸ ਕਰਕੇ ਐਕਵਿਟ ਕਰਤਾ ਯਾਨੀ ਕਿ ਦੋਸ਼ ਮੁਕਤ ਕਰਤਾ ਉਸ ਪਾਰਟਿਕੂਲਰ ਕੇਸ ਦੇ ਵਿੱਚ ਕਿਉਂਕਿ ਉਹਨਾਂ ਦੇ ਹਿਸਾਬ ਨਾਲ ਬਹੁਤ ਸੀ ਜਿਹੜੀ ਚੇਨ ਆਫ ਇਵੈਂਟਸ ਨੂੰ ਜਿਹੜੀ ਪ੍ਰੋਸੀਕਿਊਸ਼ਨ ਪੁਲਿਸ ਸਟੈਬਲਿਸ਼ ਨਹੀਂ ਕਰ ਪਾਈ ਇੱਕ ਮੋਟੀ ਮੋਟੀ ਗੱਲ ਪੁਲਿਸ ਨੇ ਫੜ ਲਈ ਕਿਉਂਕਿ ਜਿਸ ਤਰੀਕੇ ਨਾਲ ਦਰਬਾਰਾ ਸਿੰਘ ਨੂੰ ਫੜਿਆ ਗਿਆ ਉਹ ਮੈਂ ਤੁਹਾਡੇ ਸਾਹਮਣੇ ਬ ਪੁਲਿਸ ਨੇ ਇਸ ਨੂੰ ਇਸ ਤਰੀਕੇ ਨਾਲ ਆਪਣੇ ਕਾਗਜ਼ਾਂ ਦੇ ਵਿੱਚ ਕਦੇ ਵੀ ਨਹੀਂ ਸੀ ਦਿਖਾਣਾ ਬਾਅਦ ਦੇ ਵਿੱਚ ਇਹ ਵੀ ਮੈਂ ਦੱਸ ਦਵਾ ਵੀ ਜਿਹੜੀ ਅੰਡਰਕਵਰ ਟੀਮ ਸੀ ਇਹਦੇ ਆਤਮਾ ਪਹਿਲਵਾਨ ਨੂੰ ਇਨਾਮ ਦਿੱਤਾ ਗਿਆ ਜਿਹੜਾ ਵੀ ਇਨਾਮ ਬਣਦਾ ਸੀ ਯਾਨੀ ਕਿ ਪੁਲਿਸ ਵੱਲੋਂ ਜੋ ਵੀ ਆਪਣੇ ਸ਼ਾਦੀਕ ਕੀ ਸਵਾਲ 1000 ਰੁਪਏ ਦਾ ਜਿਹੜਾ ਅਮਾਉਂਟ ਸੀ ਦਿੱਤਾ ਗਿਆ ਲੇਕਿਨ ਆਤਮਾ ਪਹਿਲਵਾਨ ਨੇ ਆਪਣੀ ਟੀਮ ਦੇ ਹੋਰ ਮੈਂਬਰਾਂ ਦੇ ਨਾਲ ਉਹ ਪੈਸਾ ਸ਼ੇਅਰ ਨਹੀਂ ਕੀਤਾ ਜਿਸ ਤੋਂ ਬਾਅਦ ਕਿ ਕੁਝ ਅਖਬਾਰਾਂ ਦੇ ਵਿੱਚ ਖਬਰਾਂ ਲੱਗੀਆਂ ਜਿਸ ਵਿੱਚ ਕਿ ਇਹਨਾਂ ਟੀਮ ਦੇ ਮੈਂਬਰਾਂ ਨੇ ਇਤਰਾਜ਼ ਜਤਾਇਆ ਇਨਕਲੂਡਿੰਗ ਸੁਖਵਿੰਦਰ ਕਾਕਾ ਤੇ ਦੋ ਹੋਰ ਅਜਿਹੇ ਸ਼ਖਸ ਜੋ ਕਿ ਖੁੱਲ ਕੇ ਆ ਕੇ ਬੋਲੇ ਵੀ ਉਹਨਾਂ ਨੇ ਦੱਸਿਆ ਸੀ ਕਿਸ ਤਰੀਕੇ ਨਾਲ ਦਰਬਾਰਾ ਸਿੰਘ ਨੂੰ ਕਾਬੂ ਕੀਤਾ ਉਹਨੂੰ ਕਿਸ ਤਰੀਕੇ ਨਾਲ ਕਿਹੜੇ ਹਾਲਾਤ ਦੇ ਵਿੱਚ ਚੱਕਿਆ ਲੇਕਿਨ ਉਸ ਦੇ ਬਾਵਜੂਦ ਸਾਨੂੰ ਪੁਲਿਸ ਨੇ ਸਾਡੀ ਮਦਦ ਨਹੀਂ ਕੀਤੀ ਜਿਸ ਤੋਂ ਬਾਅਦ ਕਿ ਹੋਰ ਜਿਹੜਾ ਐਡੀਸ਼ਨਲ ਇਨਾਮ ਬਣਦਾ ਸੀ ਉਹਨਾਂ ਨੂੰ ਅੰਦਰ ਖਾਤਿਆਂ ਪੁਲਿਸ ਵੱਲੋਂ ਦਿੱਤਾ ਗਿਆ ਲੇਕਿਨ ਬਾਹਰਲੇ ਪਾਸੇ ਕੀ ਹੋ ਰਿਹਾ ਸੀ ਯਾਨੀ ਕਿ ਉੱਤੇ ਉੱਤੇ ਪੁਲਿਸ ਨੇ ਉਸ ਤਰੀਕੇ ਦਾ ਹੀ ਕੇਸ ਬਣਾਇਆ ਜਿਵੇਂ ਕਿ ਰੂਟੀਨ ਦੇ ਵਿੱਚ ਪੁਲਿਸ ਬਣਾਉਂਦੀ ਹੈ ਤੇ ਉਸ ਕੇਸ ਦੇ ਵਿੱਚ ਬਹੁਤ ਕਮੀਆਂ ਖਾਮੀਆਂ ਹੁੰਦੀਆਂ ਨੇ ਉਹੀ ਜਿਹੜੇ ਪੈਡਿਸਟਰੀਅਨ ਤਰੀਕੇ ਨਾਲ ਰੂਟੀਨ ਤਰੀਕੇ ਨਾਲ ਝੂਠੇ ਗਵਾ ਤੇ ਝੂਠੇ ਜਿਹੜੇ ਆਈ ਵਿਟਨੈਸਸਿਜ਼ ਖੜੇ ਕਰਕੇ ਪੁਲਿਸ ਅਕਸਰ ਕੋਸ਼ਿਸ਼ ਕਰਦੀ ਹੈ ਉਵੇਂ ਦੇ ਕੇਸ ਇਹਨਾਂ ਨੂੰ ਬਣਾਇਆ ਗਿਆ ਤੇ ਬਾਅਦ ਦੇ ਵਿੱਚ ਉਤਲੀਆਂ ਅਦਾਲਤਾਂ ਦੇ ਵਿੱਚ ਫਾਂਸੀ ਦੀ ਸਜ਼ਾ ਕਿਉਂਕਿ ਇੱਕ ਰੇਅਰਸਟ ਆਫ ਰੇਅਰ ਕੇਸ ਬਣਦਾ ਸੀ ਦਰਬਾਰਾ ਸਿੰਘ ਸੀਰੀਅਲ ਕਿਲਰ ਨੂੰ ਫਾਂਸੀ ਹੋਣੀ ਬਣਦੀ ਸੀ ਲੇਕਿਨ ਇਸ ਪੂਰੇ ਮਾਮਲੇ ਦੀ ਪੜਤਾਲ ਫੋਰੈਂਸਿਕ ਪੱਖੋਂ ਕ੍ਰਿਮਿਨਲੋਜ ਕ੍ਰਿਮਿਨੋਲੋਜੀ ਪੱਖੋਂ ਜਾਂ ਫਿਰ ਪੁਲਿਸ ਦੀ ਜਿਹੜੀ ਤਫ਼ਤੀਸ਼ ਹੈ ਜਿਸ ਤਰੀਕੇ ਦੇ ਉਹਨਾਂ ਨੇ ਗਵਾਹ ਕ੍ਰੀਏਟ ਕੀਤੇ ਸੀ ਕਿਉਂਕਿ ਆ ਜਿਹੜਾ ਪ੍ਰੀਤਮ ਸਿੰਘ ਦਾ ਇੱਕ ਗਵਾਹ ਸੀ ਇਹ ਦੱਸਿਆ ਜਾਂਦਾ ਵੀ ਇਹ ਚਸ਼ਮਦੀਦ ਸੀ ਤੇ ਇਹਨੇ 25 ਅਕਤੂਬਰ ਨੂੰ ਬੱਚਿਆਂ ਨੂੰ ਦਰਬਾਰਾ ਸਿੰਘ ਦੇ ਨਾਲ ਉਸ ਦੇ ਕੈਰੀਅਰ ਤੇ ਬੈਠ ਕੇ ਜਾਂਦੇ ਹੋਏ ਵੇਖਿਆ ਲੇਕਿਨ ਇਸ ਵੱਲੋਂ ਜਿਹੜੀ ਜਾਣਕਾਰੀ ਉੱਥੇ ਜਦੋਂ ਉਸ ਦੀ ਉਸ ਦੀ ਬਸਤੀ ਦੇ ਵਿੱਚ ਰੌਲਾ ਪੈ ਰਿਹਾ ਸੀ ਉਹ 28 ਅਕਤੂਬਰ ਨੂੰ ਦਿੱਤੀ ਗਈ ਸੋ ਇਸ ਤਰੀਕੇ ਤੇ ਜਿਹੜੇ ਗੈਪਸ ਹਨ ਤਿੰਨ ਤਿੰਨ ਦਿਨਾਂ ਦਾ ਡਿਲੇ ਕਿਉਂ ਹੋਇਆ ਜਦੋਂ ਐਡੀ ਵੱਡੀ ਘਟਨਾ ਹੋ ਗਈ ਸੀ ਵਾਰਦਾਤ ਹੋ ਗਈ ਸੀ ਉਸ ਤੋਂ ਬਾਅਦ ਉਸਨੇ ਤਿੰਨ ਦਿਨ ਬਾਅਦ ਇਹ ਜਾਣਕਾਰੀ ਕਿਉਂ ਦਿੱਤੀ ਸੋ ਬਹੁਤ ਸਾਰੇ ਐਸੇ ਲੇਕੋਨਾਸ ਹਨ ਪੁਲਿਸ ਦੀ ਉਹਨਾਂ ਤਫਤੀਸ਼ਾਂ ਤੇ ਥਿਉਰੀਜ਼ ਦੇ ਵਿੱਚ ਜਿਸ ਤੋਂ ਬਾਅਦ ਕਿ ਫਾਂਸੀ ਦੀ ਜਿਹੜੀ ਸਜ਼ਾ ਸੀ ਉਹ ਮਿਲਨੀ ਦਰਬਾਰਾ ਸਿੰਘ ਨੂੰ ਅਦਾਲਤਾਂ ਦੇ ਵਿੱਚ ਘਟੋ-ਘਟ ਸੰਭਵ ਨਹੀਂ ਸੀ ਤੇ ਦਰਬਾਰਾ ਸਿੰਘ ਨੇ ਵੀ ਇਹ ਕੇਸਾਂ ਨੂੰ ਲੜਿਆ ਉਹ ਪਹਿਲਾਂ ਵੀ ਆਪਣੇ ਕੇਸਾਂ ਨੂੰ ਕਈ ਅਦਾਲਤਾਂ ਦੇ ਕਈ ਉਤਲੇ-ਉਤਲੀਆਂ ਅਦਾਲਤਾਂ ਦੇ ਵਿੱਚ ਲੜ ਚੁੱਕਾ ਸੀ 2009 ਦੇ ਵਿੱਚ ਤਾਂ ਉਹ ਕੇਸ ਦੇ ਵਿੱਚ ਬਰੀ ਹੋਣ ਦੇ ਵਿੱਚ ਵੀ ਕਾਮਯਾਬ ਹੋਇਆ ਸੀ ਲੇਕਿਨ ਅਖੀਰ ਦੇ ਵਿੱਚ ਉਸਦੀ ਜਿਹੜੀ ਉਮਰ ਕੈਦ ਦੀ ਸਜ਼ਾ ਸੀ ਉਹ ਬਰਕਰਾਰ ਰਹੀ ਤੇ ਸਾਲ 2018 5 ਜਾਂ 6 6 ਜੂਨ 2018 ਨੂੰ ਉਸਦੀ ਤਬੀਅਤ ਵਿਗੜਨ ਕਾਰਨ ਪਟਿਆਲਾ ਜੇਲ੍ਹ ਦੇ ਵਿੱਚ ਉਸ ਨੂੰ ਰਜਿੰਦਰ ਹਸਪਤਾਲ ਲਿਜਾਇਆ ਗਿਆ ਤੇ ਫਿਰ ਉੱਥੇ 75 ਸਾਲ ਦੀ ਉਮਰ ਦੇ ਵਿੱਚ ਦਰਬਾਰਾ ਸਿੰਘ ਇਸ ਸੀਰੀਅਲ ਕਿਲਰ ਦੀ ਜਿਹੜੀ ਮੌਤ ਹੈ ਉਹ ਹੋਈ ਇਸ ਤੋਂ ਬਾਅਦ ਉਸਦੇ ਪਰਿਵਾਰ ਨੇ ਇਸਦੀ ਬਾਡੀ ਨੂੰ ਕਲੇਮ ਵੀ ਨਹੀਂ ਕੀਤਾ ਤੇ ਉਸ ਦਾ ਜਿਹੜਾ ਅੰਤਿਮ ਸੰਸਕਾਰ ਵਗੈਰਾ ਹੈ ਉਹ ਵੀ ਪਰਿਵਾਰ ਵੱਲੋਂ ਰਸਮਾਂ ਦੇ ਮੁਤਾਬਕ ਨਹੀਂ ਕੀਤਾ ਗਿਆ ਤੇ ਇੱਕ ਅਣਪਛਾਤੀ ਲਾਸ਼ ਦੀ ਤਰ੍ਹਾਂ ਹੀ ਦਰਬਾਰਾ ਸਿੰਘ ਦੀ ਬਾਡੀ ਜਿਹੜੀ ਸੀ ਉਸ ਦਾ ਸੰਸਕਾਰ ਅਥਾਰਟिटीज ਵੱਲੋਂ ਕੀਤਾ ਗਿਆ ਸੋ ਦਰਬਾਰਾ ਸਿੰਘ ਦੀ ਕਹਾਣੀ ਜਿੰਨੀ ਰੋਂਗਟੇ ਖੜੇ ਕਰ ਦੇਣ ਵਾਲੀ ਹੈ ਅਪਰਾਧਿਕ ਪੱਖੋਂ ਇਸ ਦਾ ਜਿਹੜਾ ਵੀ क्रूर ਪੱਖ ਸੀ ਉਹਨਾਂ ਬੱਚਿਆਂ ਦੇ ਨਾਲ ਜੋ ਕਰਦਾ ਸੀ ਤੇ ਉਸ ਦੀ ਮਾਨਸਿਕਤਾ ਸਿਰਫ ਤੇ ਸਿਰਫ ਇਹੀ ਸੀ ਕਿ ਹੁਣ ਉਸ ਨੇ ਬੱਚਿਆਂ ਦੇ ਨਾਲ ਕੋ ਕਰਮਤਾ ਕਰਨੀ ਸੀ ਬਲਕਿ ਉਹਨਾਂ ਨੂੰ ਜਿਉਂਦਾ ਨਹੀਂ ਸੀ ਛੱਡਣਾ ਇਸਨੇ ਪੁਲਿਸ ਆਪਣੇ ਸਟੇਟਮੈਂਟ ਦੇ ਵਿੱਚ ਦਰਬਾਰਾ ਸਿੰਘ ਵੱਲੋਂ ਦੱਸਿਆ ਗਿਆ ਕਿਉਂਕਿ ਉਸ ਬੱਚੀ ਨੇ ਇੱਕ ਤੋਤੇ ਦਾ ਜ਼ਿਕਰ ਕਰਕੇ ਉਹ ਨਿਸ਼ਾਨਦੇਹੀ ਕਰਵਾਈ ਸੀ ਜਿਸ ਤੋਂ ਬਾਅਦ ਕੀ ਦਰਬਾਰਾ ਸਿੰਘ ਨੂੰ ਜੇਲ੍ਹ ਜਾਣਾ ਪਿਆ ਸੀ ਇਸ ਕਰਕੇ ਉਸਨੇ ਆਉਣ ਵਾਲੇ ਕੇਸਾਂ ਦੇ ਵਿੱਚ ਕਿਸੇ ਵੀ ਬੱਚੇ ਨੂੰ ਨਹੀਂ ਸੀ ਛੱਡਣਾ ਦਰਬਾਰਾ ਸਿੰਘ ਵੱਲੋਂ ਇਹ ਵੀ ਦੱਸਿਆ ਗਿਆ ਵੀ ਉਸ ਦਾ ਟਾਰਗੇਟ 100 ਬੱਚਿਆਂ ਨੂੰ ਮਾਰਨ ਦਾ ਸੀ ਸੋ ਜੇ ਅੰਡਰਕਵਰ ਟੀਮ ਵੱਲੋਂ ਕੰਮ ਨਾ ਕੀਤਾ ਗਿਆ ਹੁੰਦਾ ਤੇ ਸਮੇਂ ਸਿਰ ਪੁਲਿਸ ਦੇ ਹੱਥੇ ਦਰਬਾਰਾ ਸਿੰਘ ਨਾ ਚੜਿਆ ਹੁੰਦਾ ਇਹ سلسلہ ਜੇ ਹੋਰ ਲੰਮਾ ਚੱਲਣਾ ਸੀ ਲੇਕਿਨ ਅਪਰਾਧ ਤੇ ਅਪਰਾਧੀਆਂ ਦੀ ਜਿਹੜੀ ਪਹੁੰਚ ਹੈ ਉਹ ਜਿੱਦੀ ਮਰਜ਼ੀ ਲੰਮੀ ਹੋਵੇ ਲੇਕਿਨ ਪੁਲਿਸ ਤੇ ਕਾਨੂੰਨ ਕਿਤਨਾ ਕਿਤੇ ਜਾ ਕੇ ਉਹਨਾਂ ਦੇ ਨਾਲ ਖੜਾ ਹੁੰਦਾ ਤੇ ਉਹਨਾਂ ਨੂੰ ਤਰਦਬੋਚਨ ਵਿੱਚ ਕਾਮਯਾਬ ਹੁੰਦਾ ਇਸ ਕੇਸ ਦੇ ਵਿੱਚ ਵੀ ਹੋਇਆ ਲੇਕਿਨ ਇਸ ਅੰਡਰਕਵਰਡ ਟੀਮ ਜਿਸ ਨੂੰ ਕਿ ਅੰਦਰ ਖਾਤੇ ਉਹ ਤਾਂ ਇਕਨੋਲਜ ਕੀਤਾ ਗਿਆ ਲੇਕਿਨ ਬਾਹਰ ਖਾਤੇ ਇਹ ਪੂਰੀ ਦੀ ਪੂਰੀ ਗੱਲਬਾਤ ਨਹੀਂ ਆਈ ਬਾਹਰ ਖਾਤੇ ਉਹ ਪੁਲਿਸ ਦੀਆਂ ਕਹਾਣੀਆਂ ਆਈਆਂ ਉਹ ਰੂਟੀਨ ਚੈੱਕਅਪ ਨਾਕਿਆਂ ਦੇ ਵਿੱਚ ਬੰਦੇ ਨੂੰ ਫੜ ਲੈਣਾ ਇਕ ਸੀਰੀਅਲ ਕਿਲਰ ਨੂੰ ਅਡੇ ਸੌਖੇ ਤਰੀਕੇ ਨਾਲ ਇੱਕ ਅਜਿਹੇ ਗਵਾਦੀ ਗਵਾਹੀ ਤੇ ਸ਼ਨਾਖਤ ਉਤੇ ਫੜ ਲਿਆ ਗਿਆ ਜੋ ਕਿ 3 ਦਿਨ ਬਾਅਦ ਬੱਚਿਆਂ ਦੇ ਗਾਇਬ ਹੋਣ ਤੋਂ ਬਾਅਦ ਉਹ ਗਵਾਹੀ ਦੇ ਰਿਹਾ ਸੀ ਸੋ ਇਸ ਕਿਸਮ ਦੀਆਂ ਕਮੀਆਂ ਦੇ ਚਲਦੇ ਦਰਬਾਰਾ ਸਿੰਘ ਫਾਂਸੀ ਦੇ ਉਸ ਫੰਦੇ ਤੋਂ ਉਸ ਫਾਹੇ ਤੋਂ ਬਚ ਗਿਆ ਜੋ ਕਿ ਉਸ ਨੂੰ ਲੱਗਣਾ ਬਣਦਾ ਸੀ ਜਿਸ ਤਰੀਕੇ ਦੇ ਗੁਨਾਹ ਜਿਸ ਤਰੀਕੇ ਦਾ ਜੁਰਮ ਉਹ ਲਗਾਤਾਰ ਕਰਦਾ ਆ ਰਿਹਾ ਸੀ ਸੋ ਇਹੋ ਕਹਾਣੀ ਸੀ ਇਸ ਕਹਾਣੀ ਦੇ ਵਿੱਚ ਇਸ ਅੰਡਰਕਵਰ ਟੀਮ ਦਾ ਇੱਕ ਬਹੁਤ ਵੱਡਾ ਯੋਗਦਾਨ ਸੀ ਬਾਅਦ ਦੇ ਵਿੱਚ ਇਹ ਲੋਕਾਂ ਨੂੰ ਹੋਰ ਜਿਹੜੇ ਬਣਦੇ ਜਿਹੜੇ ਇਨਾਮ ਸੀ ਇਹਨਾਂ ਦੇ ਜਾਂ ਜੋ ਵੀ ਮੁਆਵਜ਼ਾ ਸੀ ਉਹ ਮਿਲੇ ਲੇਕਿਨ ਇੱਕ ਮੌਕਾ ਜਿਹਾ ਆਇਆ ਸੀ ਜ ਜੁ ਕਿ ਅਖਬਾਰਾਂ ਦੇ ਵਿੱਚ ਇਹ ਅੰਡਰਕਵਰ ਟੀਮ ਦੇ ਮੈਂਬਰ ਫੁੱਟ ਪਏ ਸਨ ਉਹਨਾਂ ਨੇ ਦੱਸਿਆ ਸੀ ਵੀ ਸਾਨੂੰ ਉਹ ਇਨਾਮ ਨਹੀਂ ਮਿਲੇ ਤੇ ਜੇ ਇਨਾਮ ਮਿਲੇ ਤੇ ਉਹ ਆਤਮਾ ਪਹਿਲਵਾਨ ਵਰਗੇ ਲੋਕ ਹੀ ਖਾ ਗਏ ਸੋ ਇਹ ਸੀ ਦਰਬਾਰਾ ਸਿੰਘ ਦੇ ਕੈਪਚਰ ਕੀਤੇ ਜਾਣ ਦੀ ਕਹਾਣੀ ਜੋ ਕਿ ਅਸਲ ਕਹਾਣੀ ਹੈ ਅਦਾਲਤਾਂ ਦੇ ਵਿੱਚ ਕੇਸ ਕਿਉਂ ਨਹੀਂ ਖੜਾ ਪਾਇ ਉਸ ਨੂੰ ਹੁਣ ਤੁਸੀਂ ਕੁੱਤ ਅੰਦਾਜ਼ਾ ਲਗਾ ਸਕਦੇ ਹੋ ਵੀ ਪੁਲਿਸ ਜਿਸ ਤਰੀਕੇ ਦੀਆਂ ਕਹਾਣੀਆਂ ਤੇ ਜਿਸ ਤਰੀਕੇ ਦੀ ਪੋਰ ਸਕ੍ਰਿਪਟਿੰਗ ਬਾਅਦ ਦੇ ਵਿੱਚ ਐਫਆਈਆਰਾਂ ਦੇ ਵਿੱਚ ਕਰਦੀ ਹੈ ਜਿਸ ਨੂੰ ਕਿ ਕਦੇ ਵੀ ਉਸ ਫੋਰੈਂਸਿਕ ਐਵੀਡੈਂਸ ਦੇ ਨਾਲ ਮੈਚ ਨਹੀਂ ਕੀਤਾ ਜਾਂਦਾ ਇਸ ਕੇਸ ਦੇ ਵਿੱਚ ਤਾਂ ਡੀਐਨਏ ਸੈਂਪਲ ਤਾਂ ਕੋ ਬੱਚਿਆਂ ਦੇ ਨਹੀਂ ਲਏ ਗਏ ਸੀ ਜਦੋਂ ਕਿ ਤਕਰੀਬਨ 2 ਦਰਜਨ ਜਾਂ 1.5 ਦਰਜਨ ਤਾ ਅਜਿਹੀਆਂ ਡੈੱਡ ਬੋਡੀਜ਼ ਮਿਲ ਚੁੱਕੀਆਂ ਸਨ ਕਿੱਡੀ ਵੱਡੀ ਕੋਤਾਹੀ ਸੀ ਕਿੱਡੀ ਵੱਡੀ ਇਨਵੈਸਟੀਗੇਸ਼ਨ ਦੇ ਵਿੱਚ ਕਮੀ ਸੀ ਪੁਲਿਸ ਇਸ ਦਰਬਾਰਾ ਸਿੰਘ ਸੀਰੀਅਲ ਕਿਲਰ ਨੂੰ ਫੜਨ ਤੋਂ ਲੈ ਕੇ ਇਸ ਨੂੰ ਪાંਸੀ ਦੇ ਫੰਦੇ ਤੱਕ ਪਹੁੰਚਾਉਣ ਦੇ ਵਿੱਚ ਹਰ ਪੱਖੋਂ ناکਾਮ ਸੀ ਸਿਰਫ ਅੰਡਰ ਕਵਰ ਟੀਮ ਦੇ ਕੰਮ ਦੇ ਕਾਰਨ ਹੀ ਪੁਲਿਸ ਨੂੰ ਪੁਲਿਸ ਦੀ ਰਹਿੰਦੀ ਸਹਿੰਦੀ ਜਿਹੜੀ ਇੱਜ਼ਤ ਸੀ ਉਹ ਇਸ ਕੇਸ ਦੇ ਵਿੱਚ ਬਸ ਪਾਈ ਸੋ ਉਮੀਦ ਕਰਾਂਗੇ ਇਹ ਕਹਾਣੀ ਤੇ ਇਹ ਪੱਖ ਜੋ ਕਿ ਅੱਜ ਤੱਕ ਸ਼ਾਇਦ ਪਬਲਿਕ ਡੋਮੇਨ ਦੇ ਵਿੱਚ ਨਹੀਂ ਆਇਆ ਹੈ ਇਹ ਤੁਹਾਨੂੰ ਠੀਕ ਲੱਗਾ ਹੋਵੇਗਾ ਬਹੁਤ ਸੀਆਂ ਅਜੇਹੀਆਂ ਅਖਬਾਰਾਂ ਦੀਆਂ ਕਟਿੰਗਸ ਹੈਗੀਆਂ ਨੇ ਉਸ ਵਕਤ ਉਹਨਾਂ ਸਮਿਆਂ ਦੀਆਂ ਕਲਿੱਪਿੰਗਸ ਹੈਗੀਆਂ ਨੇ ਜੋ ਕਿ ਮੈਂ ਵਿੱਚ ਵਿੱਚ ਥੋੜੀ ਜਿਹੀ ਦਿਖਾਈਆਂ ਵੀ ਹੈਗੀਆਂ ਨੇ ਆਸ ਕਰਾਂਗੇ ਰਿਪੋਰਟ ਤੁਹਾਨੂੰ ਠੀਕ ਲੱਗੀ ਹੋਵੇਗੀ ਤੇ ਇਸ ਨੇ ਥੋੜੀ ਜਾਣਕਾਰੀ ਦਰਬਾਰਾ ਸਿੰਘ ਦ ਸੀਰੀਅਲ ਕਿਲਰ ਆਫ ਪੰਜਾਬ ਉਸ ਨੂੰ ਸਮਝਣ ਤੇ ਉਸਦੇ ਮੋਡਸ ਆਪਰੇਂਡਾਈ ਸਮੇਂ ਤੋਂ ਉਸ ਨੂੰ ਫੜੇ ਜਾਣ ਦਾ ਜਿਹੜਾ ਢੰਗ ਤਰੀਕਾ ਸੀ ਉਸ ਦੇ ਪ੍ਰਤੀ ਤੁਹਾਡੇ ਗਿਆਨ ਥੋੜੀ ਜਾਣਕਾਰੀ ਦਾ ਵਾਅਦਾ ਕੀਤਾ ਹੋਵੇਗਾ ਬਹੁਤ ਬਹੁਤ ਧੰਨਵਾਦ ਇਸ ਰਿਪੋਰਟ ਨੂੰ ਵੇਖਣ ਲਈ